ਪਿੰਡ ਕਨਾਲ ਖੁਰਦ ਜ਼ਿਲ੍ਹਾ ਸੰਗਰੂਰ ਪਿੰਡ ਦਾ ਨਾਮ ਜਦੋਂ ਵੀ ਇਤਿਹਾਸ ਚ ਫਰੋਲਿਆ ਜਾਏਗਾ ਤੇ ਇੱਕ ਨਾਮ ਆਏਗਾ ਕੌਰ ਸਿੰਘ ਜੀ ਦਾ ਜਿਨ੍ਹਾਂ ਨੇ ਵਰਲਡ ਲੈਵਲ ਦੇ ਉੱਤੇ ਆਪਣਾ ਨਾਂ ਰੋਸ਼ਨਾਇਆ ਪਿੰਡ ਦਾ ਨਾਂ ਰੋਸ਼ਨਾਇਆ ਪਰਿਵਾਰ ਦਾ ਨਾਮ ਉੱਚਾ ਕੀਤਾ ਆਪਣੀ ਖੇਡ ਦੇ ਆਧਾਰ ਤੇ ਸੋ ਬਾਕਸਿੰਗ ਚੈਂਪੀਅਨ ਜਿਹੜੇ ਹੈਗੇ ਨੇ ਕੌਰ ਸਿੰਘ ਜੀ ਉਹਨਾਂ ਨੂੰ ਅਰਜਨ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਪਦਮ ਸ਼੍ਰੀ ਕੌਰ ਸਿੰਘ ਜੀ ਦੇ ਆਪਾਂ ਪਿੰਡ ਦੇ ਉਸ ਥਾਂ ਤੇ ਆਏ ਆ ਜੋ ਹਰ ਪਿੰਡ ਦੀ ਇੱਕ ਜਿਹੜਾ ਹੁੰਦਾ ਵੀ ਕਹਿ ਸਕਦੇ ਆ ਵੀ ਰੌਣਕ ਵਾਲੀ ਥਾਂ ਹੁੰਦੀ ਹੈ ਸੱਤ ਜਿੱਥੇ ਬਜ਼ੁਰਗ ਇਕੱਠੇ ਹੁੰਦੇ ਨੇ ਤੇ ਅੱਜ ਉਹਨਾਂ ਦੇ ਦਿਲ ਦੇ ਵਿੱਚ ਕੀ ਆਉਂਦਾ ਜਦੋਂ ਨਾਮ ਆਉਂਦਾ ਉਹਨਾਂ ਦੇ ਯਾਰ ਦਾ ਉਹਨਾਂ ਦੇ ਮਿੱਤਰ ਦਾ ਉਹਨਾਂ ਦੇ ਵੀਰ ਦਾ ਕੌਰ ਸਿੰਘ ਜੀ ਦਾ ਸੋ ਆਓ ਮੇਰੇ ਨਾਲ ਸੀ ਕਿਸ ਤਰ੍ਹਾਂ ਅੱਜ ਮਹਿਸੂਸ ਕਰਦੇ ਹੋ ਅੱਜ ਤੁਹਾਡੇ ਪਿੰਡ ਦਾ ਨਾਮ ਜਾਣਿਆ ਜਾਂਦਾ ਹੈ ਉਹਨਾਂ ਕਰਕੇ ਅੱਜ ਉਹਨਾਂ ਤੇ ਫਿਲਮ ਬਣਾਈ ਜਾ ਰਹੀ ਹੈ ਅਸੀਂ ਕਹਿੰਨੇ ਵੀ ਸਾਡੇ ਪਿੰਡ ਦਾ ਨਾਮ ਵਧੀਆ ਮਸ਼ਹੂਰ ਹੋਊਗਾ ਜੀ ਇਹ ਏਸ਼ੀਅਮ ਗੇਮ ਫੇੜ ਕੇ ਆਏ ਸੀਗੇ ਜੀ ਮੈਡਮ ਸੈਂਸ ਹੁੰਦਾ ਜੀ ਵੱਡੇ ਸਾਡੇ ਇੱਥੋਂ ਨਰਮਾਗੋੜ ਦੇ ਗੋੜ ਦੇ ਗਏ ਸੀ ਉਹ ਜਾ ਕੇ ਭਰਤੀ ਹੋ ਗਏ ਸੀ ਟੀਵੀ ਦੇ ਨਾਲ ਚਾਹੁੰਦਾ ਰਹੇ ਉਹ ਸੰਗਧਨ ਉਹ ਅੱਜ ਵੀ ਅੱਜ ਵੀ ਜੇ ਕੋਈ ਸਾਡਾ ਬੰਦਾ ਉਹਦੀ ਸਪੋਰਟ ਲੈ ਕੇ ਵਗਦੀ ਥਾਣੇ ਤੇ ਸੰਤ ਟੋਕੂ ਗਏ ਨੇ ਅਸੀਂ ਉਦੋਂ ਇਕੱਠੇ ਜਾ ਰਹੇ ਸੀ ਜਿੱਦੇ ਕੌਰ ਸਿੰਘ ਭਰਤੀ ਹੋਇਆ ਜਾ ਕੇ ਅੱਛਾ ਡੰਗਰਚਾ ਅਰਦੇ ਡੰਗਰਾਂ ਦੇ ਹੈ ਜੀ ਕੰਮ ਸੀ ਹਾਂਜੀ ਇਹਦਾ ਇਹਦਾ ਬਾਪ ਲੜ ਪੈ ਜੇ ਨਾਲ ਸੱਟ ਕੇ ਛੋਟੀ ਦਾ ਬੜੀ ਖਨਾਲ ਜਾ ਕੇ ਬਸ ਚੜ ਗਿਆ ਜਾ ਕੇ ਭਰਤੀ ਹੋ ਗਿਆ ਮੁੰਡੂ ਤੋਂ ਲੈ ਕੇ ਉਹਨਾਂ ਨੂੰ ਜਾਣਦੇ ਆ ਬਹੁਤ ਸਿੰਪਲ ਸੁਭਾਅ ਦੇ ਬੰਦੇ ਤੇ ਬਹੁਤ ਸਿੰਪਲ ਪਰਿਵਾਰ ਚ ਉੱਠ ਕੇ ਹਾਂਜੀ ਘਰ ਦੀਆਂ ਮਜਬੂਰੀਆਂ ਨੂੰ ਦੇਖ ਕੇ ਭਰਤੀ ਹੋਇਆ ਜੀ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਏਸ਼ੀਅਨ ਗੇਮਾਂ 'ਚ ਹਿੱਸਾ ਲਿਆ ਜੀ ਅੱਛਾ ਤੇ ਅਰਜਨਾਵਾਰਡ ਵੀ ਜਿੱਤਿਆ ਬਿਲਕੁਲ ਤੇ ਇਸ ਤਰ੍ਹਾਂ ਸਾਡੇ ਪਿੰਡ ਦਾ ਪੂਰਾ ਰੋਸ਼ਨ ਨਾ ਕੀਤਾ ਦੁਨੀਆ ਦਾ ਮਹਾਨ ਜਿਹੜਾ ਬੌਕਸਰ ਸੀਗਾ ਮੁਹੰਮਦ ਅਲੀ ਤੇ ਉਹਦੇ ਅੰਗੇਸਟ ਜਿਹੜੀ ਫਾਈਟ ਕੀਤੀ ਹੈ ਉਹ ਸਾਡੇ ਪਿੰਡ ਦੇ ਇਨਸਾਨ ਨੇ ਕੀਤੀ ਹੈ ਹਨਾ ਤੇ ਪੂਰੇ ਇੰਡੀਆ ਚੋ ਸਿਰਫ ਇੱਕੇ ਇਨਸਾਨ ਸੀਗਾ ਜਿਹੜਾ ਸਾਡੇ ਪਿੰਡ ਚੋਂ ਪੈਦਾ ਹੋਇਆ ਅਸੀਂ ਇਕੱਠੇ ਖੇਤੀ ਦਾ ਕੰਮ ਕਰਦੇ ਉਸ ਤੋਂ ਬਾਅਦ ਉਹ ਫੌਜ ਚ ਵਗ ਗਿਆ ਤੇ ਖੇਡਣ ਲੱਗ ਗਿਆ 1982 ਚ ਉਹਦੀ ਖੇਡ ਹੋਈ ਸਾਡੇ ਇੱਕ ਨਜ਼ਰ ਟੈਲੀਵਿਜ਼ਨ ਦੀ ਜੀ ਅਸੀਂ ਉਹਨੂੰ ਦੇਖਣ ਗਏ ਉਹਨੇ ਪਾਕਿਸਤਾਨ ਨੂੰ ਹਰਾਇਆ ਸਾਨੂੰ ਬਹੁਤ ਖੁਸ਼ੀ ਦੀ ਗੱਲ ਕੋਈ ਪ੍ਰਸ਼ਧਪਤੀ ਨੇ ਇਹਨਾਂ ਨੂੰ ਅਰਜਨਾ ਵਾਰਡ ਅਤੇ ਪਦਮ ਸਿਰੀ ਵੀ ਨਾਲ ਸਨਮਾਨਿਤ ਕੀਤਾ ਵੀ ਜਿਵੇਂ ਅੱਜਕੱਲ ਦੇ ਵੀ ਜਿਵੇਂ ਹੁਣ ਆਪ ਇੱਕ ਟਰੋਫੀ ਮਿਲ ਗਈ ਇੱਕ ਟਰੋਫੀ ਦੇ ਵਿੱਚ ਹੀ ਲੋਕਾਂ ਨੂੰ ਐ ਹੁੰਦੇ ਵੇ ਅਸੀਂ ਪਤਾ ਨਹੀਂ ਕੀ ਕੁਝ ਜਿੱਤ ਲਿਆ ਇਹਨਾਂ ਨੇ ਅੱਜ ਤੱਕ ਇਹੋ ਜਿਹਾ ਕੋਈ ਮਾਨ ਪ੍ਰਾਪਤ ਮਤ ਕੀਤਾ ਨਹੀਂ ਹੈਗਾ ਵੀ ਆਪ ਦੇ ਉੱਤੇ ਵੀ ਬਿਲਕੁਲ ਸਿੰਪਲ ਤੇ ਸਧਾਰਨ ਤੌਰ ਤੇ ਜਿਵੇਂ ਆਪਣੇ ਆਮ ਪਿੰਡਾਂ ਦੇ ਵਿੱਚ ਰਹਿੰਦੇ ਨੇ ਐਵੇਂ ਰਹਿੰਦੇ ਨੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜੀ ਸਾਨੂੰ ਸਾਡੇ ਪਿੰਡ ਦਾ ਜੰਪਾ ਵਾਲਾ ਸਾਡਾ ਵੱਡਾ ਵੀਰ ਹੈ ਜੀਨੇ ਦੇਸ਼ ਵਾਸਤੇ ਮਤਲਬ ਬਹੁਤ ਵੱਡਾ ਇੱਕ ਮੈਡਲ ਲੈ ਕੇ ਦਿੱਤਾ ਤੇ ਬਹੁਤ ਖੁਸ਼ ਰਹਾ ਜੀ ਸਾਨੂੰ ਆਪਣੀ ਫਿਲਮ ਬਣਾ ਰਹੇ ਉਹਨਾਂ ਨੂੰ ਬਹੁਤ ਧੰਨਵਾਦ ਕਰਾਂਗੇ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜੀ ਤੇ ਸਿਨੇਮਾ ਘਰ ਚ ਅਖੀਰਲੀ ਫਿਲਮ ਕਦੋਂ ਦੇਖੀ ਸੀ ਜਾਂ ਕਦੀ ਵੇਖੀ ਨਹੀਂ ਨਹੀਂ ਅਜੇ ਵੇਖੀ ਨਹੀਂ ਅਸੀਂ ਕਦੇ ਨਹੀਂ ਵੇਖੀ ਤੋਂ ਤੁਸੀਂ ਵੀ ਪਹਿਲੀ ਵਾਰ ਫਿਲਮ ਵੇਖੋਗੇ ਹਾਂ ਜੀ ਅਸੀਂ ਵੀ ਪਹਿਲੀ ਵਾਰ ਦੇਖਾਂਗੇ ਪਹਿਲਾਂ ਨਹੀਂ ਅਜੇ ਦੇਖਿਆ ਕਦੇ ਪਹਿਲੀ ਵਾਰ ਰੰਗਾਲੀ ਦੇਖਾਂਗੇ ਅੱਛਾ ਪਹਿਲੀ ਕੌਰ ਸਿੰਘ ਵਾਲੀ ਦੇਖਾਂਗੇ ਕੀ ਆ ਬਾਤ ਹੈ ਸੋ ਅੱਜ ਅਸੀਂ ਆਏ ਹੋਇਆ ਜਿਲ੍ਹਾ ਸੰਗਰੂਰ ਪਿੰਡ ਖਨਾਲ ਖੁਰਦ ਜਿੱਥੇ ਦਾ ਨਾਮ ਰੌਸ਼ਨ ਕੀਤਾ ਇੱਕ ਅਜਿਹੇ ਖਿਡਾਰੀ ਨੇ ਪੂਰੀ ਦੁਨੀਆ ਦੇ ਵਿੱਚ ਜੋ ਅੱਜ ਇੱਕ ਆਮ ਜ਼ਿੰਦਗੀ ਜੀ ਰਿਹਾ ਹੈ ਉਹਨਾਂ ਦਾ ਨਾਮ ਹੈ ਅਰਜੁਨ ਅਵਾੜੀ ਪਦਮਸ਼੍ਰੀ ਕੌਰ ਸਿੰਘ ਜੀ ਸੋ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਆਪਣੀ ਕਲਾ ਦੇ ਨਾਲ ਆਪਣੇ ਜਜ਼ਬੇ ਦੇ ਨਾਲ ਇੱਕ ਜਿੱਤ ਹਾਸਲ ਕੀਤੀ ਔਰ ਕਿਸ ਤਰ੍ਹਾਂ ਉਹਨਾਂ ਦੇ ਪਿੰਡ ਦੇ ਲੋਕ ਉਹਨਾਂ ਤੇ ਮਾਣ ਮਹਿਸੂਸ ਕਰਦੇ ਨੇ ਜਿੰਨਾ ਤੇ ਇੱਕ ਬਾਇਓਪਿਕ ਵੀ ਬਣਨ ਜਾ ਰਹੀ ਹੈ ਔਰ ਉਸੇ ਸਿਲਸਿਲੇ ਦੇ ਵਿੱਚ ਅਸੀਂ ਉਹਨਾਂ ਨਾਲ ਮੁਲਾਕਾਤ ਕਰਕੇ ਅੱਜ ਉਹਨਾਂ ਦੇ ਪਿੰਡ ਦਾ ਵੀ ਗੇੜਾ ਲਾਵਾਂਗੇ ਉਹਨਾਂ ਦੇ ਕੁਝ ਨਜ਼ਦੀਕੀ ਜਿਹੜੇ ਹੈਗੇ ਨੇ ਰਿਸ਼ਤੇ ਰਿਸ਼ਤੇਦਾਰ ਉਹਨਾਂ ਨੂੰ ਵੀ ਮਿਲਾਂਗੇ ਔਰ ਜਾਣਾਂਗੇ ਕਿ ਕਿਸ ਤਰ੍ਹਾਂ ਦਾ ਸੁਭਾਅ ਉਹ ਰੱਖਦੇ ਰਹੇ ਨੇ ਔਰ ਕਿਸ ਤਰ੍ਹਾਂ ਦਾ ਅੱਜ ਪਿੰਡ ਦੇ ਲੋਕ ਮਹਿਸੂਸ ਕਰਦੇ ਨੇ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਕੱਲ ਤੱਕ ਆਪਣੀ ਖੇਡ ਦੇ ذریعے ਨਾਰੋਫਨ ਕਹਦਾ ਸੀ ਤੇ ਅੱਜ ਉਸੇ ਇਨਸਾਨ ਤੇ ਇੱਕ ਫੁੱਲ ਫਲੈਸ਼ਡ ਬਾਇਓਪਿਕ ਪੰਜਾਬੀ ਫਿਲਮ ਵੀ ਬਣਨ ਜਾ ਰਹੀ ਹੈ ਸੋ ਮੇਰੇ ਨਾਲ ਤੁਹਾਨੂੰ ਵੀ ਮਿਲਵਾਨਿਆ ਸੋ ਅਸੀਂ ਆਇਆ ਉਹਨਾਂ ਦੇ ਹੀ ਛੋਟੇ ਜਿਹੜੇ ਸਭ ਤੋਂ ਭਰਾ ਨੇ ਉਹਨਾਂ ਦੇ ਘਰੇ ਸੋ ਸਾਡੇ ਨਾਲ ਨੇ ਸਸੀ ਕਾਲ ਪਾਪਾ ਜੀ ਸਸੀ ਕਾ ਜੀ ਸੋ ਠੀਕ ਠਾਕ ਹੋ ਹਾਂ ਜੀ ਬਹੁਤ ਵਧੀਆ ਜੀ ਜੀ ਸੋ ਤੁਹਾਡੇ ਕੋਲੋਂ ਜਾਨਣਾ ਚਾਹਵਾਂਗੇ ਕਿ ਕਿਸ ਤਰ੍ਹਾਂ ਦਾ ਸੁਭਾਅ ਤੁਸੀਂ ਉਹਨਾਂ ਦਾ ਸ਼ੁਰੂ ਤੋਂ ਵੇਖਦੇ ਆਏ ਹੋ ਤੇ ਅੱਜ ਕਿੰਨਾ ਕ ਫਰਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਮਹਿਸੂਸ ਕਰਦੇ ਹੋ ਉਹਨਾਂ ਦਾ ਸੁਭਾਅ ਤਾਂ ਜੀ ਪਹਿਲਾਂ ਤੁਸੀਂ ਬਹੁਤ ਵਧੀਆ ਸੀ ਜੀ ਨਿੱਜੀ ਤੌਰ ਤੇ ਬਹੁਤ ਵਧੀਆ ਵਿਚਾਰ ਸੀ ਉਹਨਾਂ ਦੇ ਉਹਨਾਂ ਨੇ ਫੌਜ ਦੇ ਵਿੱਚ ਡਿਊਟੀ ਕਰਦੇ ਦੌਰਾਨ ਆਪਣੀਆਂ ਗੇਮ ਦੇ ਵਿੱਚ ਯੋਗਦਾਨ ਪਾਇਆ ਕਿਉਂਕਿ 82 ਦੇ ਵਿੱਚ ਉਹਨਾਂ ਨੇ ਦਿੱਲੀ ਦੇ ਵਿੱਚ ਏਸ਼ੀਅਨ 골ਡ ਮੈਡਲ ਪ੍ਰਾਪਤ ਕੀਤਾ ਉਹਨਾਂ ਨੂੰ ਕਈ ਅਵਾਰਡ ਮਿਲੇ ਕਈ ਦੇਸ਼ਾਂ ਦੇ ਵਿੱਚ ਖੇਡਣ ਦਾ ਮੌਕਾ ਵੀ ਮਿਲਿਆ ਜੀ ਪਰੰਤੂ ਉਸ ਟਾਈਮ ਦੇ ਸਰਕਾਰਾਂ ਨੇ ਕੁਝ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਬਹੁਤ ਘੱਟ ਧਿਆਨ ਦਿੱਤਾ ਜੀ ਉਸ ਤੋਂ ਬਾਅਦ ਇਹਨਾਂ ਆਪਣੇ ਰਾਸ਼ਟਰਪਤੀ ਨੇ ਇਹਨਾਂ ਨੂੰ ਅਰਜੁਨਾ ਅਵਾਰਡ ਅਤੇ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਜੀ ਜਿਹੜੇ ਅਵਾਰਡ ਇੱਕ ਟਾਈਮ ਤੇ ਦੇਸ਼ ਦਾ ਨਾਮ ਰੋਸ਼ਨਾਉਂਦੇ ਨੇ ਪਿੰਡ ਦਾ ਨਾਮ ਰੋਸ਼ਨਾਉਂਦੇ ਨੇ ਪਰਿਵਾਰ ਦਾ ਸਿਰ ਉੱਚਾ ਕਰਦੇ ਨੇ ਉਹੀ ਅਵਾਰਡ ਕਿਸੇ ਵੇਲੇ ਧੂੜ ਥੱਲੇ दब ਜਾਂਦੇ ਨੇ ਔਰ ਤੁਹਾਡੀ ਕਿਸੇ ਤਰੀਕੇ ਦੀ ਕੋਈ ਮਦਦ ਨਹੀਂ ਕਰ ਪਾਉਂਦੇ ਕਿੰਨਾ ਕੁ ਭਾਰ ਉਹਨਾਂ ਅਵਾਰਡਸ ਦਾ ਉਸ ਟਾਈਮ ਤੇ ਮਹਿਸੂਸ ਹੁੰਦਾ ਦੇਖੋ ਜੀ ਜਿਹੜੇ ਇਹ ਆਪਣੇ ਦੇਸ਼ ਵਾਸਤੇ ਅਵਾਰਡ ਨੇ ਇਹ ਦੇਸ਼ ਦੇ ਵਾਸਤੇ ਬਹੁਤ ਜ਼ਰੂਰੀ ਨੇ ਇਹ ਦੇਸ਼ ਦੇ ਵਿੱਚ ਲੋਕਾਂ ਨੂੰ ਜਾਨੀ ਕਿ ਪਤਾ ਲੱਗਦਾ ਹੈ ਵੀ ਹਾਂ ਜੀ ਇਹ ਜੇ ਦੇਸ਼ ਹੈ ਕਿੱਥੇ ਖੜਾ ਹੈ ਜੀ ਇਹ ਇਹਦੇ ਵਿੱਚ ਬਹੁਤ ਬੜੇ ਪੁਆਇੰਟ ਨੇ ਇਸ ਕਰਕੇ ਜਿਹੜੇ ਇਹ ਗੇਮ ਦੇ ਵਿੱਚ ਮੈਡਲ ਪ੍ਰਾਪਤ ਕਰਦਾ ਹੈ ਉਹਦੇ ਵਿੱਚ ਆਪਣੇ ਹਿੰਦੁਸਤਾਨ ਨੂੰ ਬਹੁਤ ਕੁਝ ਅੱਗੇ ਦੇਸਾਂ 'ਚ ਮਿਲਦਾ ਹੈ ਇਸ ਕਰਕੇ ਇਹ ਜੋ ਮੈਡਲ ਲੈਂਦਾ ਹੈ ਉਹਨਾਂ ਵੱਲ ਹੋਰ ਮਿਹਟ ਨੂੰ ਧਿਆਨ ਦੇਣਾ ਚਾਹੀਦਾ ਜਦ ਕਿ ਉਸ ਟਾਈਮ ਨਹੀਂ ਦਿੱਤਾ ਗਿਆ ਜੀ ਬਿਲਕੁਲ ਅਸੀਂ ਸਾਰੇ ਜਾਣਦੇ ਹਾਂ ਕਿ ਬੜੇ ਉਤਾਰ ਚੜਾਅ ਉਹ ਜਿਹੜੇ ਆ ਪਰਿਵਾਰ ਦੇ ਵਿੱਚ ਵੇਖੇ ਗਏ ਆ ਇੱਕ ਟਾਈਮ ਤੇ ਪਰਿਵਾਰ ਟੀਵੀ ਵੇਖੇ ਸਨ ਗਰਵ ਮਹਿਸੂਸ ਕਰਦਾ ਸੀ ਉਸ ਤੋਂ ਬਾਅਦ ਜਦੋਂ ਬਿਮਾਰੀਆਂ ਘਰ ਦੇ ਵਿੱਚ ਕੋਈ ਬਿਮਾਰ ਹੋ ਗਿਆ ਘਰ ਦੇ ਹਾਲਾਤ ਤੰਗ ਹੋ ਗਏ ਕਿ ਉਸ ਟਾਈਮ ਤੇ ਇਦਾਂ ਲੱਗਦਾ ਸੀਗਾ ਵੀ ਅਵਾਰਡ ਨਾ ਹੋਣ ਇੱਕ ਮਦਦ ਹੀ ਮਿਲ ਜਾਏ ਸਰਕਾਰ ਦੀ ਤੇ ਕਿਤੇ ਸਾਡਾ ਵੀ ਘਰ ਬਸ ਜਾਏ ਸਾਡੇ ਘਰ ਚ ਵੀ ਕੋਈ ਖੁਸ਼ੀ ਦੀ ਲਹਿਰ ਜੜੀ ਆ ਜਾਏ ਸਹੀ ਗੱਲ ਹੈ ਜੀ ਇਹ ਗੱਲ ਤੁਹਾਡੀ ਮੈਂ ਇਸ ਨਾਲ ਸਹਿਮਤ ਹਾਂ ਪਰ ਗਵਰਨਮੈਂਟ ਜਦੋਂ ਆਪਲਾ ਖੇਡ ਕਰਦਾ ਬੰਦਾ ਉਸ ਟਾਈਮ ਤਾਂ ਉਸ ਵੱਲ ਧਿਆਨ ਦਿੰਦਾ ਉਸ ਤੋਂ ਮਗਰੋਂ ਧਿਆਨ ਨਹੀਂ ਦਿੰਦਾ ਇਸ ਕਰਕੇ ਗਵਰਨਮੈਂਟ ਨੂੰ ਲਾਸਟ ਤੱਕ ਧਿਆਨ ਦੇਣਾ ਚਾਹੀਦਾ ਹੈ ਉਸਦੇ ਪਰਿਵਾਰ ਵਾਸਤੇ ਕਿਉਂਕਿ ਉਸਨੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ ਬਿਲਕੁਲ ਉਸਦੇ ਬੱਚਿਆਂ ਵਾਸਤੇ ਉਸਦੇ ਪਰਿਵਾਰ ਵਾਸਤੇ ਸਖੀਸ ਬੰਦਿਆ ਵਾਸਤੇ ਸਭ ਕੋ ਪਿੰਡ ਵਾਸਤੇ ਜੀ ਉਸ ਟਾਇਮ ਕਰਨਾ ਚਾਹੀਦਾ ਜੀ ਅੱਜ ਬੜੇ ਸਾਲਾਂ ਤੋਂ ਇੱਕ ਆਮ ਪਰਿਵਾਰ ਆਮ ਜ਼ਿੰਦਗੀ ਜੀ ਰਿਹਾ ਸੀ ਸਿਰਫ ਇਹ ਸੋਚ ਕੇ ਕਿ ਕਦੀ ਉਹ ਸਮਾਂ ਸੀ ਜਦੋਂ ਨਾ ਪੂਰੀ ਦੁਨੀਆ ਚ ਰੌਸ਼ਨ ਸੀ ਉਸ ਤੋਂ ਬਾਅਦ ਫਿਰ ਹੁਣ ਇੱਕ ਬਦਲਾਅ ਜ਼ਿੰਦਗੀ ਦੇ ਵਿੱਚ ਆਇਆ ਹੈ ਜਦੋਂ ਉਹਨਾਂ ਦੇ ਇੱਕ ਪੰਜਾਬੀ ਫਿਲਮ ਜਿਹੜੀ ਹੈ ਬਣਾਈ ਜਾ ਰਹੀ ਹੈ ਉਹਨਾਂ ਦੇ ਕਿਰਦਾਰ ਤੇ ਸੋ ਇੱਕ ਛੋਟੇ ਭਾਈ ਲਈ ਇੱਕ ਵੱਡੇ ਭਾਈ ਦਾ ਕਿਹੋ ਜਿਹਾ ਅਹਿਸਾਸ ਹੁੰਦਾ ਜਦੋਂ ਪਤਾ ਲੱਗੇ ਕਿ ਪੂਰੀ ਜ਼ਿੰਦਗੀ ਦੁਬਾਰਾ ਦੁਹਰਾਈ ਜਾਏਗੀ ਵੱਡੇ ਪਰਦੇ ਉੱਤੇ ਹਾਂਜੀ ਹਾਂਜੀ ਇਹ ਬਿਲਕੁਲ ਸਹੀ ਹੈ ਹੁਣਾ ਵੀ ਚਾਹੀਦਾ ਹੈ ਇਹ ਅਸੀਂ ਜੋ ਆਪਣੀ ਫਿਲਮ ਬਣਾ ਰਹੇ ਉਹਨਾਂ ਨੂੰ ਬਹੁਤ ਧੰਨਵਾਦ ਕਰਾਂਗੀ ਇਸ ਤਰ੍ਹਾਂ ਹੋਣਾ ਚਾਹੀਦਾ ਬਹੁਤ ਜੀ ਤੇ ਸਿਨੇਮਾ ਘਰ ਚ ਅਖੀਰਲੀ ਫਿਲਮ ਕਦੋਂ ਦੇਖੀ ਸੀ ਜਾਂ ਕਦੀ ਵੇਖੀ ਨਹੀਂ ਹੈ ਨਹੀਂ ਅਜੇ ਵੇਖੀ ਨਹੀਂ ਅਸੀਂ ਕਦੇ ਨਹੀਂ ਵੇਖੀ ਨਹੀਂ ਵੇਖੀ ਜੀ ਇਸ ਪੂਰੇ ਪਰਿਵਾਰ ਨੇ ਵੱਡੇ ਪਰਦੇ ਉੱਤੇ ਅਜ ਤੱਕ ਕੋਈ ਫਿਲਮ ਨਹੀਂ ਦੇਖੀ ਮੈਨੂੰ ਇੰਨੀ ਹੈਰਾਨੀ ਦੀ ਗੱਲ ਹੈ ਉੱਥੇ ਖੁਸ਼ੀ ਦੀ ਗੱਲ ਮੈਨੂੰ ਇਹ ਮਹਿਸੂਸ ਹੁੰਦੀ ਹੈ ਨਿੱਜੀ ਤੌਰ ਤੇ ਵੀ ਆਪਣੇ ਹੀ ਘਰ ਦੇ ਜੀ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਨਾ ਰੌਸ਼ਨਾਇਆ ਭਾਵੇਂ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਭਾਵੇਂ ਲੋਕ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਇਸ ਪੰਨੇ ਦੇ ਪੰਨੇ ਨੂੰ ਕਿਤੇ ਕਿਤਾਬ ਦੇ ਵਿੱਚ ਬੰਦ ਕਰ ਦਿੱਤਾ ਗਿਆ ਲੇਕਿਨ ਅੱਜ ਉਹ ਇਤਿਹਾਸ ਦਾ ਪੰਨਾ ਫੇਰ ਫਰੋਲਿਆ ਜਾਏਗਾ ਇੱਕ ਫਿਲਮ ਦੇ ਜ਼ਰੀਏ ਤੇ ਸਾਰਾ ਪਰਿਵਾਰ ਪਹਿਲੀ ਵਾਰ ਸਿਨੇਮਾ 'ਚ ਜਿਹੜੀ ਫਿਲਮ ਵੇਖੇਗਾ ਉਹ ਉਹਨਾਂ ਦੇ ਆਪਣੇ ਹੀ ਘਰ ਦੀ ਜੀ ਹੋਗੀ ਜੀ ਦੀ ਹੋਊਗੀ ਕਿਸੇ ਦੇ ਭ ਕਿਸੇ ਦੇ ਘਰ ਵਾਲੇ ਦੀ ਕਿਸੇ ਦੇ ਪਿਓ ਦੀ ਕਿਸੇ ਦੇ بیٹے ਦੀ ਪੂਰੇ ਪਿੰਡ ਦਾ ਜਿਹੜਾ ਇਸ ਟਾਈਮ ਬਹੁਤ ਐਕਸਾਈਟਡ ਹੈ ਔਰ ਦੱਸਿਆ ਜਾ ਰਿਹਾ ਸੀਗਾ ਵੀ ਫਿਲਮ ਦੇ ਪੋਸਟਰ ਪੋਸਟਰ ਜਿਹੜਾ ਉਹ 110 ਲੋਕਾਂ ਨੇ ਆਪਣੇ ਸਟੇਟਸ ਤੇ ਲਗਾਇਆ ਹੈ ਖੁਸ਼ੀ ਦੇ ਮਾਰੇ ਕਿ ਸਾਡੇ ਪਿੰਡ ਦਾ ਜਿਹੜਾ ਜੀ ਹੈ ਸਾਡੇ ਪਿੰਡ ਦਾ ਜਿਹੜਾ ਖਿਡਾਰੀ ਹੈ ਸਾਡੇ ਪਿੰਡ ਦਾ ਜਿਹੜਾ ਇੱਕ ਬਹੁਤ ਹੀ ਨਾਕਮਾ ਕੇ ਇੱਥੇ ਰਹਿ ਰਿਹਾ ਇੱਕ ਇਨਸਾਨ ਹੈ ਇਸ ਟਾਈਮ ਤੇ ਤੇ ਉਹਦੇ ਤੇ ਹੁਣ ਫਿਲਮ ਬਣਾਈ ਜਾ ਰਹੀ ਹੈ ਸਸ਼ਟ੍ਰੀ ਕਾਲ ਤੁਹਾਡੇ ਨਾਲ ਵੀ ਗੱਲ ਕਰਨ ਦਾ ਚਾਹਵਾਂਗੇ ਹਾਂਜੀ ਤੁਸੀਂ ਵੀ ਪਹਿਲੀ ਵਾਰ ਫਿਲਮ ਵੇਖੋਗੇ ਹਾਂਜੀ ਅਸੀਂ ਵੀ ਪਹਿਲੀ ਵਾਰ ਦੇਖਾਂਗੇ ਜੀ ਅਸੀਂ ਘਰ ਦੇ ਵਿੱਚ ਪਤਾ ਲੱਗਿਆ ਵੀ ਹਾਂ ਹੁਣ ਹੈਨਾ ਵੱਡੇ ਭਾਜੇ ਤੇ ਫਿਲਮ ਬਣਾਈ ਜਾ ਰਹੀ ਹੈ ਉਹਨਾਂ ਦੀ ਜ਼ਿੰਦਗੀ ਤੇ ਤੇ ਕਿਸ ਤਰ੍ਹਾਂ ਦੀ ਗੱਲਬਾਤ ਆਪਸ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਵੀ ਸਾਡਾ ਵੀ ਪਰਿਵਾਰ ਦੇ ਵਿੱਚੋਂ ਮੈਂਬਰ ਦਾ ਕਿਸੇ ਦਾ ਨਾਮ ਮਤਲਬ ਰੋਸ਼ਨੋ ਭੈ ਜੀ ਹਾਂਜੀ ਵੀ ਉਸ ਕਰਕੇ ਸਾਨੂੰ ਅਸੀਂ ਬਹੁਤ ਉਤਸਾਹਿਮ ਵੀ ਸਾਨੂੰ ਅਸੀਂ ਕਦੋਂ ਫਿਲਮ ਇਹ ਦੇਖਣੀ ਮਿਲੇ ਜੀ ਸਾਰਿਆਂ ਨੇ ਉਹ ਜਿਹੜੇ ਹੈਗੇ ਨੇ ਆਪਣਾ ਕੌਰ ਸਿੰਘ ਜੀ ਉਹਨਾਂ ਨੂੰ ਖੇਡਦੇ ਹੋਏ ਵੇਖਿਆ ਉਹਨਾਂ ਨੂੰ ਪੱਗ ਦਾ ਮਾਣ ਉੱਚਾ ਕਰਦੇ ਹੋਏ ਵੇਖਿਆ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਇਸ ਪੱਗ ਦਾ ਨ ਵਦਿਆ ਬਣਾਇਆ ਤੇ ਤੁਸੀਂ ਨਿੱਜੀ ਤੌਰ ਤੇ ਉਹਨਾਂ ਨੂੰ ਘਰ ਚ ਕਿਸ ਤਰ੍ਹਾਂ ਵੇਖਦੇ ਹੋ ਅੱਜ ਉਹਨਾਂ ਦੀ ਜ਼ਿੰਦਗੀ ਦੀ ਜੇਕਰ ਗੱਲ ਕਰੀਏ ਤਾਂ ਹੁਣ ਉਹਨੋਂ ਸਭ ਤੋਂ ਪਹਿਲਾਂ ਮਤਲਬ ਸਿੰਪਲ ਤੌਰ ਤੇ ਦੇਖਦੇ ਜਿਉ ਉਹਨਾਂ ਨਾਲ ਵਿਚਾਰੇ ਇਹ ਜੀ ਕੋਈ ਵਧਾ ਚੜਾਤਾ ਜਾਂ ਕੋਈ ਵੀ ਹੰਕਾਰ ਹੋਵੇ ਨਹੀਂ ਹੈਗੀ ਜੀ ਬਿਲਕੁਲ ਸਿੰਪਲ ਤੇ ਸਧਾਰਨ ਬੰਦੇ ਨੇ ਜੀ ਹਾਂ ਜੀ ਨਾ ਉਹਨਾਂ ਨੂੰ ਕੋਈ ਆਪਦੀ ਮਤਲਬ ਇਹ ਪਦਵੀ ਦਾ ਕੋਈ ਹੰਕਾਰ ਸੀਗਾ ਨਾ ਕੋਈ ਉਹਨੂੰ ਐਂ ਤੀ ਵੀ ਅਸੀਂ ਦੋ ਬਾਰੀ ਮਤਲਬ ਹੁਣ ਆਰਮੀ ਦੇ ਵਿੱਚ ਵੀ ਸੂਬੇਦਾਰ ਦੀ ਮਤਲਬ ਰਿਟਾਇਰਮੈਂਟ ਹੋ ਕੇ ਆਏ ਫਿਰ ਇਹਨਾਂ ਨੇ ਜਲੰਧਰ ਜੌਬ ਕੀਤੀ ਪੁਲਿਸ ਦੇ ਵਿੱਚ ਵੀ ਉੱਥੇ ਵੀ 15 16 ਸਾਲ ਲਾ ਕੇ ਆਈ ਉਸ ਤੋਂ ਬਾਅਦ ਫਿਰ ਇਹਨਾਂ ਨੇ ਆ ਪਦਮ ਸਿਰੀ ਚੱਕਰ ਵੀ ਜਿੱਤਿਆ ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਹੋਮੇ ਨਹੀਂ ਸੀਗੀ ਜੀ ਹਾਂਜੀ ਇਹ ਬਿਲਕੁਲ ਐ ਵੀ ਜਿਵੇਂ ਅੱਜ ਕੱਲ ਦੇ ਵੀ ਜਿਵੇਂ ਹੁਣ ਉਹ ਇੱਕ ਟਰਾਫੀ ਮਿਲ ਗਈ ਇੱਕ ਟਰਾਫੀ ਦੇ ਵਿੱਚ ਹੀ ਲੋਕਾਂ ਨੂੰ ਐ ਹੁੰਦੇ ਹੋਏ ਅਸੀਂ ਪਤਾ ਨਹੀਂ ਕੀ ਕੁਝ ਜਿੱਤ ਲਿਆ ਇਹਨਾਂ ਨੇ ਅੱਜ ਤੱਕ ਇਹੋ ਜਿਹਾ ਕੋਈ ਮਾਨ ਪ੍ਰਾਪਤ ਮਤ ਕੀਤਾ ਨਹੀਂ ਹੈਗਾ ਫਿਰ ਆਪ ਦੇ ਉੱਤੇ ਵੀ ਬਿਲਕੁਲ ਸਿੰਪਲ ਤੇ ਸਧਾਰਨ ਤੌਰ ਤੇ ਜਿਵੇਂ ਆਪਣੇ ਆਮ ਪਿੰਡਾਂ ਦੇ ਵਿੱਚ ਰਹਿੰਦੇ ਨੇ ਐਵੇਂ ਰਹਿੰਦੇ ਨੇ ਜੀ ਹਾਂਜੀ ਸੋ ਏ ਸੀ ਉਹਨਾਂ ਦੇ ਛੋਟੇ ਵੀਰ ਤੇ ਉਹਨਾਂ ਦੇ ਜਿਹੜੇ ਹਮਸਫਰ ਨੇ ਉਹਨਾਂ ਦੀ ਪਤਨੀ ਸਾਡੇ ਨਾਲ ਸੀਗੀ ਇਸ ਵਕਤ ਔਰ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਵੱਡੇ ਵੱਡੇ ਮੈਡਲਸ ਜਿੱਤੇ ਨੇ ਵੱਡੇ ਵੱਡੇ ਉਹਨਾਂ ਨੇ ਖੇਡ ਦੇ ਕੰਪੀਟੀਸ਼ਨ ਜਿੱਤੇ ਨੇ ਲੇਕਿਨ ਬਾਵਜੂਦ ਉਸਦੇ ਇੱਕ ਸਿੰਪਲ ਸਧਾਰਨ ਦੇ ਸਹਿਸਭਾ ਦੇ ਜਿਹੜੇ ਹੈਗੇ ਨੇ ਕੋਰ ਸਿੰਘ ਜੀ ਹੈਗੇ ਨੇ ਔਰ ਅੱਜ ਵੀ ਉਹ ਬੜੀ ਹੀ ਸਰਲ ਤੇ ਬੜੀ ਸਿੱਧੀ ਜ਼ਿੰਦਗੀ ਜੀ ਰਹੇ ਨੇ ਅੱਜ ਵੀ ਉਹਨਾਂ ਨੂੰ ਕੋਈ ਗਿਲਾ ਸ਼ਿਕਵਾ ਹੈ ਨਹੀਂ ਨਹੀਂ ਹੈ ਭਾਵੇਂ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਿੰਨੇ ਮਰਜ਼ੀ ਉਤਾਰ ਚੜਾਓ ਵੇਖੇ ਗਰੀਬੀ ਵੀ ਵੇਖੀ ਤੰਗੀ ਵੀ ਵੇਖੀ ਔਰ ਫਿਰ ਉਸ ਤੋਂ ਬਾਵਜੂਦ ਵੀ ਅੱਜ ਉਹਨਾਂ ਦਾ ਕਹਿਣਾ ਇਹ ਹੈ ਵੀ ਮੈਂ ਆਪਣੇ ਪਰਿਵਾਰ ਦੇ ਨਾਲ ਬੇਹੱਦ ਖੁਸ਼ ਹਾਂ ਸੋ ਪਰਿਵਾਰ ਨੂੰ ਅਸੀਂ ਮਿਲ ਲਿਆ ਹੋਰਾਂ ਨਾਲ ਵੀ ਤੁਹਾਨੂੰ ਜ਼ਰੂਰ ਮਿਲਵਾਵਾਂਗੇ ਔਰ ਉਹਨਾਂ ਨੂੰ ਪੁੱਛਾਂਗੇ ਕਿ ਕਿਸ ਤਰੀਕੇ ਦੇ ਨਾਲ ਅੱਜ ਉਹ ਮਹਿਸੂਸ ਕਰਦੇ ਨੇ ਫਿਲਮ ਬਣਾਈ ਜਾ ਰਹੀ ਹੈ ਕੌਰ ਸਿੰਘ ਜੀ ਤੇ ਹੋਰ ਵੀ ਗੱਲਾਂ ਬਾਤਾਂ ਜੁੜੇ ਰਹੋ ਤੇ ਵੇਖਦੇ ਰਹੋ ਸਿਨੇ ਪੰਜਾਬੀ ਪਿੰਡ ਖਨਾਲ ਖੁਰਦ ਜ਼ਿਲ੍ਹਾ ਸੰਗਰੂਰ ਸੋ ਇਥੋਂ ਦਾ ਪਿੰਡ ਦਾ ਨਾਮ ਜਦੋਂ ਵੀ ਇਤਿਹਾਸ ਚ ਫਰੋਲਿਆ ਜਾਏਗਾ ਤੇ ਇੱਕ ਨਾਮ ਆਏਗਾ ਕੌਰ ਸਿੰਘ ਜੀ ਦਾ ਜਿਨ੍ਹਾਂ ਨੇ ਵੋਲਡ ਲੈਵਲ ਦੇ ਉੱਤੇ ਆਪਣਾ ਨਾਂ ਰੋਸ਼ਨਾਇਆ ਪਿੰਡ ਦਾ ਨਾਂ ਰੋਸ਼ਨਾਇਆ ਪਰਿਵਾਰ ਦਾ ਨਾਮ ਉੱਚਾ ਕੀਤਾ ਆਪਣੀ ਖੇਡ ਦੇ ਆਧਾਰ ਤੇ ਸੋ ਬਾਕਸਿੰਗ ਚੈਂਪੀਅਨ ਜਿਹੜੇ ਹੈਗੇ ਨੇ ਕੌਰ ਸਿੰਘ ਜੀ ਉਹਨਾਂ ਨੂੰ ਅ ਅਰਜਨ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਪਦਮ ਸ਼੍ਰੀ ਕੌਰ ਸਿੰਘ ਜੀ ਦੇ ਆਪਾਂ ਪਿੰਡ ਦੇ ਉਸ ਥਾਂ ਤੇ ਆਏ ਆ ਜੋ ਹਰ ਪਿੰਡ ਦੀ ਇੱਕ ਜਿਹੜਾ ਹੁੰਦਾ ਵੀ ਕਹਿ ਸਕਦੇ ਆ ਵੀ ਰੌਣਕ ਵਾਲੀ ਥਾਂ ਹੁੰਦੀ ਹੈ ਸੱਤ ਜਿਤੇ ਬਜ਼ੁਰਗ ਇਕੱਠੇ ਹੁੰਦੇ ਨੇ ਤੇ ਸਾਰਾ ਦਿਨ ਬੈਠ ਕੇ ਗੱਲਾਂ ਕਰਦੇ ਨੇ ਸੋ ਮੈਂ ਬੜੀ ਦੇਰ ਦੀ ਜਦੋਂ ਪਿੰਡ ਦਾ ਚੱਕਰ ਲਾ ਰਹੀ ਸੀ ਲਾਇਬ੍ਰੀ ਸੀ ਉਹ ਜਗ੍ਹਾ ਫਾਈਨਲੀ ਮੈਨੂੰ ਮਿਲ ਗਈ ਆ ਬਜ਼ੁਰਗ ਵੀ ਬਹੁਤ ਸਾਰੇ ਬੈਠੇ ਹਨ ਤੇ ਬੈਠੇ ਸਨ ਤੇ ਹੁਣ ਦੇਖਦੇ ਆ ਕਿ ਉਹ ਕਿਸ ਤਰ੍ਹਾਂ ਦਾ ਅਹਿਸਾਸ ਉਹਨਾਂ ਦੇ ਅੰਦਰ ਹੈਗਾ ਆਪਣੇ ਪਿੰਡ ਦੀ ਸ਼ਾਨ ਨੂੰ ਸ਼ਾਨ ਨੂੰ ਵੇਖਦਿਆਂ ਹੋਇਆ ਉਹ ਕੀ ਮਹਿਸੂਸ ਕਰਦੇ ਨੇ ਔਰ ਫਿਲਮ ਬਣਾਈ ਜਾ ਰਹੀ ਹੈ ਅੱਜ ਜੁ ਉਹਨਾਂ ਦੇ ਦਿਲ ਦੇ ਵਿੱਚ ਕੀ ਆਉਂਦਾ ਜਦੋਂ ਨਾਮ ਆਉਂਦਾ ਹੈ ਉਹਨਾਂ ਦੇ ਯਾਰ ਦਾ ਉਹਨਾਂ ਦੇ ਮਿੱਤਰ ਦਾ ਉਹਨਾਂ ਦੇ ਵੀਰ ਦਾ ਕੌਰ ਸਿੰਘ ਜੀ ਦਾ ਸੋ ਆਓ ਮੇਰੇ ਨਾਲ ਸੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਨਾਮ ਹੈ ਜੀ ਰਾਮ ਸਿੰਘ ਜੀ ਜੀ ਸੋ ਪਹਿਲੀ ਗੱਲ ਤਾਂ ਇਹ ਜਿਹੜੀ ਸਾਥ ਹੈ ਹੈਨਾ ਜਿੱਥੇ ਤੁਸੀਂ ਸਾਰੇ ਇਕੱਠੇ ਹੁੰਨੇ ਹੋ ਇਸ ਟਾਈਮ ਤੇ ਕਦੀ ਕੌਰ ਸਿੰਘ ਜੀ ਵੀ ਆ ਕੇ ਬਹਿੰਦੇ ਹੁੰਦੇ ਸੀ ਹਾਂਜੀ ਕੌਰ ਸਿੰਘ ਬਹਿੰਦੇ ਸੀ ਅੱਛਾ ਜੀ ਸੋ ਤੁਹਾਨੂੰ ਤੁਸੀਂ ਕਿਸ ਤਰ੍ਹਾਂ ਅੱਜ ਮਹਿਸੂਸ ਕਰਦੇ ਹੋ ਅੱਜ ਤੁਹਾਡੇ ਪਿੰਡ ਦਾ ਨਾਮ ਜਾਣਿਆ ਜਾਂਦਾ ਹੈ ਉਹਨਾਂ ਕਰਕੇ ਅੱਜ ਉਹਨਾਂ ਤੇ ਫਿਲਮ ਬਣਾਈ ਜਾ ਰਹੀ ਹੈ ਅਸੀਂ ਕਹਿੰਨੇ ਵੀ ਸਾਡੇ ਪਿੰਡ ਦਾ ਨਾਮ ਵਧੀਆ ਮਸ਼ਹੂਰ ਹੋਊਗਾ ਜੀ ਇਹ ਏਸ਼ੀਅਮ ਗੇਮ ਖੇਡ ਕੇ ਆਏ ਸੀਗੇ ਜੀ ਉਸ ਟਾਈਮ ਸੈਂਟਰ ਚ ਕਾਂਗਰਸ ਦੀ ਸਰਕਾਰ ਸੀਗੀ ਤੇ ਪੰਜਾਬ 'ਚ ਵੀ ਕਾਂਗਰਸ ਦੀ ਦਰਬਾਰਾ ਸਿੰਘ ਮੁੱਖ ਮੰਤਰੀ ਤੇ ਉਸ ਟਾਈਮ 1 ਲੱਖ ਰੁਪਏ ਦਾ ਇਹਨਾਂ ਨੂੰ ਨਿਯਮ ਦਿੱਤਾ ਸੀ ਉਹ ਵੀ ਸਰਕਾਰ ਨੇ ਨਹੀਂ ਦਿੱਤਾ ਜਦੋਂ ਇਹਨਾਂ ਦਾ ਕੁਝ ਨਹੀਂ ਬਣਿਆ ਜੀ ਸਾਡੇ ਬੰਦੇ ਦਾ ਨਾਂ ਰੋਸ਼ਨ ਨਹੀਂ ਹੋਇਆ ਫਿਲਮ ਬਣਾਉਣ ਦੇ ਨਾਲ ਸਾਡੇ ਬੰਦੇ ਦਾ ਨਾਂ ਰੋਸ਼ਨ ਹੋ ਜਾਊਗਾ ਅਸੀਂ ਤਾਂ ਇਹ ਬਹੁਤ ਖੁਸ਼ ਹਾਂ ਮਹਿਸੂਸ ਕਰਦੇ ਹਾਂ ਜੀ ਸੋ ਕੌਰ ਸਿੰਘ ਜੀ ਬਾਰੇ ਜਾਨਣਾ ਚਾਹਾਂਗੇ ਅੱਜ ਅਸੀਂ ਉਹਨਾਂ ਨੂੰ ਮਿਲੇ ਹਾਂ ਇੱਕ ਬਹੁਤ ਸਹਜ ਜਿਹਾ ਸੁਭਾਅ ਹੈ ਬਹੁਤ ਚੁੱਪ ਚੁੱਪੀ ਜੀ ਉਹਨਾਂ ਦੇ ਮੂੰਹ ਤੇ ਆ ਚੁੱਕੀ ਹੈ ਵੀ ਇਹ ਲੱਗਦਾ ਨਹੀਂ ਵੀ ਕਦੀ ਇਹ ਮਤਲਬ ਕਿ ਸਿੰਘ ਸਾਹਿਬ ਜੜੇ ਹੈਗੇ ਨੇ ਵੀ ਪੂਰੀ ਚੋਟੀ ਦੇ ਖੜ੍ਹਾਰੇ ਹੋਣਗੇ ਅੱਜ ਉਹ ਇੰਨੇ ਜ਼ਿਆਦਾ ਸ਼ਾਂਤੀ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਨੇ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਤੁਸੀਂ ਕਿਸ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਵੇਖਿਆ ਹੈ ਕਿਸ ਤਰ੍ਹਾਂ ਦਾ ਸੁਭਾਅ ਆਮ ਤੌਰ ਤੇ ਰੱਖਦੇ ਨੇ ਅੱਜ ਉਹਨਾਂ ਦੀ ਜ਼ਿੰਦਗੀ ਕੀ ਹੈ ਤੇ ਜਦੋਂ ਤੋਂ ਤੁਸੀਂ ਵੇਖ ਰਹੇ ਹੋ ਉਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅੱਜ ਕਿੰਨਾ ਬਦਲਾਅ ਹੈ ਜਦੋਂ ਤੋਂ ਅਸੀਂ ਦੇਖ ਰਹੇ ਪਹਿਲਾਂ ਸਪੋਰਟਸ ਸੀਗੇ ਜੀ ਹਾਂਜੀ ਵਧੀਆ ਮਤਲਬ ਦਾੜੀ ਕੇਸ ਇਕੱਟੇ ਹੋਏ ਨਹੀਂ ਸੀ ਉਹ ਤਾਂ ਹੁਣ ਦਾੜੀ ਕੇਸ ਰੱਖ ਕੇ ਕਿ ਸਰਦਾਰ ਬਹੁਤ ਵਧੀਆ ਸਾਨੂੰ ਮਹਿਸੂਸ ਹੁੰਦਾ ਵੀ ਸਾਡੀ ਸਿੱਖੀ ਦਾ ਨਾਮ ਰੋਸ਼ਨ ਕਰ ਰਹੇ ਨੇ ਬਾਕੀ ਸਾਨੂੰ ਪਤਾ ਹੀ ਵਧੀਆ ਨਾਮ ਰੋਸ਼ਨ ਕੀਤਾ ਜੀ ਸਾਡੇ ਪਿੰਡ ਦਾ ਹੀ ਇਹਨਾਂ ਨੇ ਬਾਕਸਿੰਗ ਦੇ ਵਿੱਚ ਜੀ ਸੋ ਸੁਨਨ ਦੇ ਵਿੱਚ ਆਇਆ ਸੀ ਵੀ ਪਿੰਡ ਦੇ ਲੋਕਾਂ ਨੇ WhatsApp ਸਟੇਟਸ ਲਾਈਨੇ ਉਹਨਾਂ ਦੇ ਪੋਸਟਰਾਂ ਦੇ ਸੋ ਕੋਈ 110 ਲੋਕ ਕੀ ਜਿਹੜੇ ਹੈਗੇ ਨੇ ਹੈ ਨਾ ਉਹਨਾਂ ਨੇ ਪਿਆਰ ਤੇ ਰਿਸਪੈਕਟ ਦਿੱਤੀ ਆ ਉਹਨਾਂ ਨੂੰ ਸੋ ਫਿਲਮ ਦੇਖਣ ਤੇ ਜਾਓ ਗਈ ਪਹਿਲੇ ਦੇਖੀ ਐ ਸਿਨੇਮਾ ਘਰ ਚ ਕਿਉਂਕਿ ਪਹਿਲੇ ਜਿੰਨਿਆਂ ਨਾਲ ਗੱਲ ਹੋਈ ਆ ਘਰ ਦੇ ਜੀ ਕਹਿੰਦੇ ਅੱਜ ਤੱਕ ਸਿਨੇਮਾ ਘਰ ਨਹੀਂ ਵੇਖਿਆ ਪਹਿਲੀ ਵਾਰੀ ਫਿਲਮ ਹੀ ਇਹਨਾਂ ਦੀ ਵੇਖਣ ਜਾਣਾ ਹਾਂਜੀ ਪਹਿਲੀ ਵਾਰੇ ਜਾਵਾਂਗੇ ਜੀ ਅਸੀਂ ਸਾਡੇ ਕੋਲ ਨਾ ਅਸੀਂ ਪਹਿਲਾਂ ਦੇਖਿਆ ਇਹ ਫਿਲਮਾਂ ਜੀ ਅਸੀਂ ਤਾਂ ਮਤਲਬ ਵੀ ਅਸੀਂ ਵੀ ਜਾਵਾਂਗੇ ਸਾਰਾ ਪਰਿਵਾਰ ਸਮੇਤ ਜਾਵਾਂਗੇ ਜੀ ਅੱਛਾ ਜ ਕੌਰ ਸਿੰਘ ਸਾਡੇ ਵਧੀਆ ਸਪੋਰਟਸ ਕੋਟ ਜੋ ਰਹੇ ਨੇ ਜੀ ਮਤਲਬ ਕਿ ਉਹ ਸਾਡੇ ਪੰਜਾਬ ਦੇ ਹਿੱਤਾਂ ਕਰਕੇ ਉਹਨਾਂ ਨੇ ਕਾਂਗਰਸ ਨੇ ਉਹਦਾ ਮੁੱਲ ਨਹੀਂ ਪਾਇਆ ਵੀ ਪੰਜਾਬ ਦੇ ਮਤਲਬ ਉਸ ਕਾਂਗਰਸ ਦਾ 84 ਵੇਲੇ ਦਾ ਜਿਹੜਾ ਹਾਲਾਤ ਸੀ ਉਸ ਤੋਂ ਬਾਅਦ ਸਾਡੇ ਪੰਜਾਬੀਆਂ ਦਾ ਨਾਂ ਮਤਲਬ ਰੋਸ਼ਨ ਨਹੀਂ ਹੋਇਆ ਇਸੇ ਕਰਕੇ ਸਾਡੇ ਪਿੰਡ ਦਾ ਨਾਂ ਦਬਿਆ ਰਹਿ ਗਿਆ ਜੀ ਹਾਂ ਜੀ ਸੋ ਇਥੇ ਇੱਕ ਹੋਰ ਵੀਰ ਜਿਹੜੇ ਨੇ ਉਹ ਆਏ ਨੇ ਸੋਸ਼ਕਲ ਵੀਰ ਜੀ ਸੋਸ਼ਕਲ ਜੀ ਜੀ ਸੋ ਅੱਛਾ ਅਸੀਂ ਤੁਹਾਡੇ ਪਿੰਡ ਆਏ ਆ ਕੌਰ ਸਿੰਘ ਜੀ ਕਰਕੇ ਉਹਨਾਂ ਤੇ ਫਿਲਮ ਬਣਾਈ ਜਾ ਰਹੀ ਹੈ ਹੈਨਾ ਇੱਕ ਵੀਰ ਤੋਂ ਪੁੱਛਣਾ ਚਾਹਾਂਗੇ ਕਿ ਜਦੋਂ ਕੌਰ ਸਿੰਘ ਜੀ ਦਾ ਨਾਮ ਆਉਂਦਾ ਹੈ ਤੇ ਤੁਹਾਡੇ ਦਿਲ ਦੇ ਵਿੱਚ ਕੀ ਆਉਂਦਾ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਬਹੁਤ ਉਤਾਰ ਚੜਾਵ ਨੇ ਜਿਹੜੇ ਅਸੀਂ ਸਾਰਿਆਂ ਨੇ ਵੇਖੇ ਨੇ ਅਸੀਂ ਗਰਵ ਮਹਿਸੂਸ ਕਰਦੇ ਆ ਮੈਡਮ ਸਾਡੇ ਪਿੰਡ ਦਾ ਅਸੀਂ ਹਾਂਜੀ ਹਾਂਜੀ ਇਸ ਤਰ੍ਹਾਂ ਚੜਾ ਦੇਖ ਕੇ ਬਹੁਤ ਅਸੀਂ ਗਰਮ ਮਹਿਸੂਸ ਕਰ ਰਹੇ ਸਾਡੇ ਪਿੰਡ ਦਾ ਅਸੀਂ ਹਾਂਜੀ ਸੋ ਅੱਜ ਬੜੇ ਸਿੰਪਲ ਜੇ ਸਾਦਗੀ ਭਰੇ ਸਵੇਰ ਦੇ ਨਾਲ ਉਹ ਰਹਿ ਰਹੇ ਨੇ ਕੋਈ ਗੱਲ ਉਹਨਾਂ ਦੀ ਯਾਦ ਹੈ ਕੋਈ ਬਾਤ ਉਹਨਾਂ ਦੀ ਯਾਦ ਹੈ ਪਿੰਡ ਦੇ ਵਿੱਚ ਕੋਈ ਕਿਸ ਤਰ੍ਹਾਂ ਦਾ ਸਵੇਰ ਉਹਨਾਂ ਦਾ ਆਮ ਤੌਰ ਤੇ ਪਿੰਡ ਵਿੱਚ ਵੇਖਿਆ ਗਿਆ ਜਦੋਂ ਲੋਕਾਂ ਨਾਲ ਵਿਚਰਦੇ ਸੀ ਮੈਡਮ ਜੀ ਐ ਸੁਣਦਾ ਜੀ ਵੱਡੇ ਸਾਡੇ ਇਤੋਂ ਵੀ ਕਹਿੰਦੇ ਗੁੱਡੇ ਗੁੱਡੇ ਦੇ ਗਏ ਸੀ ਫੌਜ ਚ ਭਰਤੀ ਹੋਏ ਸੀ ਅੱਛਾ ਜੀ ਹਾਂਜੀ ਹਾਂਜੀ ਨਰਮਾਗੋੜ ਦੇ ਗੁੱਡੇ ਗੁੱਡੇ ਦੇ ਗਏ ਸੀ ਉਹ ਜਾ ਕੇ ਭਰਤੀ ਹੋ ਗਏ ਜੀ ਕੀ ਬਾਤ ਹੈ ਹਾਂਜੀ ਜੀ ਸੋ ਅੱਜ ਉਹ ਘਰ ਦੇ ਵਿੱਚ ਆ ਮਤਲਬ ਕੀ ਹੈਗੇ ਨੇ ਉਹਨਾਂ ਦੀ ਏਜ ਬਹੁਤ ਹੋ ਚੁੱਕੀ ਹੈ ਸੋ ਰੈਸਟ ਕਰ ਰਹੇ ਨੇ ਤੇ ਅਸੀਂ ਚਾਹਨੇ ਆ ਵੀ ਅਸੀਂ ਪਿੰਡ ਦੇ ਲੋਕਾਂ ਤੋਂ ਜਾਣੀਏ ਕਿ ਉਹ ਕਿੱਦਾਂ ਦਾ ਸੁਭਾਅ ਰੱਖਦੇ ਸੀ ਅਸੀਂ ਹੁਣੇ ਮਿਲ ਕੇ ਆਏ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਠੀਕ ਠਾਕ ਹੋ ਹਾਂ ਸੋ ਠੀਕ ਹੈ ਜੀ ਪਾਪਾ ਜੀ ਮੈਂ ਜ਼ਰੂਰ ਜਾਨਣਾ ਚਾਹਾਂਗੀ ਵੀ ਬੀਰ ਸਿੰਘ ਜੀ ਦੀ ਗੱਲ ਜਦੋਂ ਅੱਜ ਵੀ ਤੁਸੀਂ ਸਾਰੇ ਇਕੱਠੇ ਬੈਠੇ ਹੋ ਉਹ ਘਰ ਹੈਗੇ ਨੇ ਹੈ ਨਾ ਉਹਨਾਂ ਦੀ ਉਮਰ ਹੋ ਚੁੱਕੀ ਹੈ ਸੋ ਕੀ ਬੈਠ ਕੇ ਆਪਸ ਵਿੱਚ ਗੱਲਾਂ ਕਰਦੇ ਹੋ ਜਦੋਂ ਕੌਰ ਸਿੰਘ ਜੀ ਦਾ ਨਾਮ ਆਂਦਾ ਹੈ ਬਹੁਤ ਸੋਹਣੀਆਂ ਗੱਲਾਂ ਕਰਦਾ ਜੀ ਜੀ ਤੁਸੀਂ ਤੁਸੀਂ ਆਪਸ ਵਿੱਚ ਕਿਸ ਤਰ੍ਹਾਂ ਚਰਚਾ ਕਰਦੇ ਹੋ ਫਿਲਮ ਬਣੀ ਆਉਣਾ ਤੇ ਫਿਲਮ ਬਣ ਕੇ ਦੇਖ ਕੇ ਆਵਾਂਗੇ ਜੀ ਜ਼ਰੂਰ ਅੱਜ ਤੁਸੀਂ ਜਾਓਗੇ ਹਾਂ ਅੱਜ ਪਹਿਲੇ ਪਹਿਲੇ ਸਿਨੇਮਾ ਘਰ ਚ ਫਿਲਮ ਦੇਖੀਏ ਤੁਸੀਂ ਪਹਿਲਾਂ ਨਹੀਂ ਜਿਵੇਂ ਦੇਖੇ ਗਏ ਪਹਿਲੀ ਵਾਰ ਕੌਰ ਸਿੰਘ ਵਾਲੀ ਦੇਖਾਂਗੇ ਅੱਛਾ ਪਹਿਲੀ ਕੌਰ ਸਿੰਘ ਵਾਲੀ ਦੇਖਾਂਗੇ ਕੀ ਬਾਤ ਹੈ ਜਿਸ ਸਸ਼ਕਲ ਸਸ਼ਕਲ ਜੀ ਬਾਪੂ ਜੀ ਬਾਪੂ ਜੀ ਜਦੋਂ ਕੌਰ ਸਿੰਘ ਜੀ ਦਾ ਨਾਮ ਆਂਦਾ ਹੈ ਤੇ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਜ਼ਿੰਦਗੀ ਦੇ ਉਤਾਰ ਵੀ ਵੇਖੇ ਨੇ ਚੜ੍ਹਾ ਵੀ ਵੇਖੇ ਨੇ ਪੱਗ ਦਾ ਸਿੱਖੀ ਦਾ ਮਾ ਉਹਨਾਂ ਨੇ ਮਾਣ ਵੀ ਉੱਚਾ ਕੀਤਾ ਹੈ ਲੇਕਿਨ ਅੱਜ ਖੁਦ ਇੱਕ ਆਮ ਜ਼ਿੰਦਗੀ ਜੀ ਰਹੇ ਨੇ ਕਈ ਚੀਜ਼ਾਂ ਤੋਂ ਤਰਸੇ ਨੇ ਤੇ ਇੰਨੇ ਮੈਡਲਸ ਇੰਨੇ ਟਰੋਫੀਸ ਇੰਨੇ ਅਵਾਰਡਸ ਲੈਣ ਤੋਂ ਬਾਅਦ ਵੀ ਅੱਜ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਉਨੀ ਸੁਖੀ ਨਹੀਂ ਹੈ ਉਸ ਟਾਈਮ ਬਈ ਕੌਰ ਸਿੰਘ ਉਹ ਹੀ ਮਤਲਬ ਖੇਤੀ ਦਾ ਕੰਮ ਕਰਦੇ ਸੀ ਹਾਂਜੀ ਉਹਨਾਂ ਦਾ ਪਿਤਾ ਉਸ ਨੂੰ ਕੁੱਟਿਆ ਕਰਦਾ ਸੀ ਉਹ ਕੁੱਟ ਪੈਂਦੀ ਸੀ ਹਾਂ ਹਾਂ ਕੂੜਿਆ ਕਰਦਾ ਸੀ ਉਹਨੂੰ ਨੱਕਾ ਨਹੀਂ ਤੋੜਨਾ ਆਉਂਦਾ ਸੀ ਉਹ ਜਾ ਕੇ ਆਪਣਾ ਗਵਰਨਮੈਂਟ ਦੇ ਵਿੱਚ ਉਸ ਨੇ ਤਰੱਕੀ ਕੀਤੀ ਭਾਈ ਬਹੁਤ ਵਧੀਆ ਸਹਿਯੋਗ ਦੇ ਮਾਨ ਦਿੱਤਾ ਉਹਨੇ ਹਾਂਜੀ ਹਾਂ ਫਿਰ ਬਾਕੀ ਆਪਣੇ ਟੈਲੀਵਿਜ਼ਨ ਚਾਹੁੰਦਾ ਰਹੇ ਔਰ ਸੰਗਧਨ ਉਹ ਅੱਜ ਵੀ ਅੱਜ ਵੀ ਜੇ ਕੋਈ ਸਾਡਾ ਬੰਦਾ ਉਹਦੀ ਸਪੋਰਟ ਲੈ ਕੇ ਵਗ ਜੇ ਥਾਣੇ ਤੇ ਸਾਨੂੰ ਟੋਕੂਗਾ ਨਹੀਂ ਕੋਈ अच्छा हां क्या बात है जी की कह रहे थे ਤੁਸੀਂ ਅਸੀਂ ਉਦੋਂ ਕੱਠੇ ਜਾ ਰਹੇ ਸੀ ਜਿੱਦੇ ਕੌਰ ਸਿੰਘ ਪਹਰਤੀ ਹੋਇਆ ਜਾ ਕੇ ਅੱਛਾ ਡੰਗਰ ਚਾਹ ਰਹੇ ਸੀ ਉਦੋਂ ਡੰਗਰਾਂ ਦੀ ਹੈ ਜੀ ਕੰਮ ਸੀ ਹਾਂਜੀ ਇਹਦਾ ਇਹਦਾ ਬਾਪ ਲੜ ਪਿਆ ਜੇ ਨਾ ਸੱਟ ਕੇ ਛੋਟੀ ਤਾਂ ਬੜੀ ਖਨਾਲ ਜਾ ਕੇ ਬਸ ਚੜ ਗਿਆ ਜਾ ਕੇ ਪਹਰਤੀ ਹੋ ਗਿਆ ਜੀ ਕੀ ਬਾਤ ਹੈ ਹੈ ਨਾ ਕਹਿੰਦੇ ਵੀ ਰੱਬ ਨੇ ਜੋ ਲਿਖਿਆ ਹੁੰਦਾ ਸੰਜੋਗਾ ਦੇ ਵਿੱਚ ਉਹ ਹੋ ਹੀ ਜਾਂਦਾ ਹੈ ਜੀ ਤੁਸੀਂ ਕੁਝ ਕਹਿ ਰਹੇ ਸੀ ਠੀਕ ਹੈ ਜੀ ਸਾਰਾ ਬਿਲਕੁਲ ਹੈ ਨਾ ਹਾਂਜੀ ਬਾਪੂ ਜੀ ਕਾਰਸਿੰਗ ਜੀ ਜਦੋਂ ਗੱਲ ਆਂਦੀ ਹੈ ਜਦੋਂ ਇਹ ਦੱਸ ਰਹੇ ਨੇ ਵੀ ਜੀ ਬਹੁਤ ਅੱਛੀ ਗੱਲ ਹੈ ਇਹ ਹਾਂਜੀ ਬਹੁਤ ਚੜਾਈ ਤੇ ਦੀ ਦੁਨੀਆ ਸਲਾਮਾ ਕਰਦੀ ਸੀ ਜੀ ਹੁਣ ਦੇਖ ਲਓ ਪੁਰਜ ਫਿਰ ਉਮਰ ਟਾਇੜੀ ਹੋ ਜਾਂਦੀ ਹੈ ਫਿਰ ਆਪੇ ਹੋ ਜਾਂਦੀ ਜੀ ਟਾਕੜਾ ਵੀ ਬਹੁਤ ਹੈ ਟਾਕੜਾ ਭਰਾਤੀ ਇਹਦਾ ਇਤੋਂ ਛੋਟੇ ਇਹ ਕੱਚਾ ਤੇ ਦੋ ਦੋ ਥੈਲੇ ਨਹੀਂ ਕਿਹ ਖੱਬੀ ਖਾਨਾ ਦੋ ਨਹੀਂ ਚੱਕ ਸਕਦਾ ਅੱਛਾ ਬਹੁਤ ਟਾਕੜਾ ਹੈ ਕੁਝ ਕਹਿ ਰਹੇ ਨੇ ਬਾਪੂ ਜੀ ਹਾਂਜੀ ਬਾਪੂ ਜੀ ਬਹੁਤ ਤਖੜਾ ਤੇ ਭਰਾ ਵੀ ਬਹੁਤ ਤਖੜਾ ਦੀ ਕੱਠਾ ਥੈਲੇ ਲੈ ਜਾਂਦਾ ਦੀ ਦੋ ਦੋ ਦੰਦਰ ਐਡਾ ਤਖੜਾ ਸਾਰਾ ਅੱਛਾ ਹਾਂ ਦੋ ਦੋ ਚਾਹ ਤੇ ਹੁਣ ਆ ਥੈਲੇ ਰੇ ਵਾਲੇ ਪਣ ਸਭ ਮੰਨਦਾ ਹੁੰਦਾ ਜੀ ਐ ਚੱਕ ਕੇ ਦੋ ਤੁਰ ਜਾਂਦਾ ਜਿਵੇਂ ਆਪਾਂ ਸੋਫਤੇ ਤੁਰ ਜਾਂਦਾ ਜੀ ਲਾਣਾ ਬਹੁਤ ਤਖੜਾ ਤੇ ਸਾਰੀ ਹਾਂ ਜੀ ਤੇ ਹੁਣ ਫਿਲਮ ਵੇਖਣ ਜਾਣਾ ਤੁਸੀਂ ਨਹੀਂ ਜਾਵਾਂਗੇ ਜੀ ਬਿਲਕੁਲ ਅੱਛਾ ਆਇਆ ਨਾ ਸਾਰੇ ਬਾਡੋ ਸੋ ਬਿਲਕੁਲ ਇਹਨਾਂ ਨੇ ਪੂਰੀ ਤਿਆਰੀ ਕੱਸੀ ਹੋਈ ਹੈ ਕਿ ਇੱਕ ਪ੍ਰੋਪਰ ਬੱਸ ਕਰਨੀ ਹੈ ਪਿੰਡ ਦੇ ਲਈ ਔਰ ਸਾਰਿਆਂ ਨੂੰ ਫਿਲਮ ਦਿਖਾਉਣ ਲੈ ਕੇ ਜਾਣਾ ਹੈ ਕੋਰ ਸਿੰਘ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਕਿਰਪਾ ਜੀ ਬਾਗਰੂ ਦੇ ਅੱਜ ਅਸੀਂ ਆਏ ਆ ਖਾਸ ਇਸ ਪਿੰਡ ਦਾ ਗੇੜਾ ਲਾਉਣ ਕਿ ਜਿੱਥੋਂ ਦਾ ਇੱਕ ਪੁੱਤ ਉਠਿਆ ਪੂਰੀ ਦੁਨੀਆ ਦੇ ਵਿੱਚ ਉਸਨੇ ਆਪਣਾ ਨਾਂ ਰੌਸ਼ਨਾਇਆ ਪਿੰਡ ਦਾ ਅੱਜ ਫਿਲਮ ਬਣਾਈ ਜਾ ਰਹੀ ਹੈ ਕੋਰ ਸਿੰਘ ਜੀ ਬਣਤ ਅਸੀਂ ਧੰਨਵਾਦੀਆਂ ਜੀ ਤੁਹਾਡੇ ਚੈਨਲ ਦੇ ਜਿਹੜੇ ਸਾਡੇ ਪਿੰਡ ਵਿੱਚ ਤੁਸੀਂ ਕਵਰੇਜ ਕਰਨ ਆਏ ਜੀ ਮੇਹਰਬਾਨ ਤੇ ਉਸ ਤੋਂ ਬਾਅਦ ਕੌਰ ਸਿੰਘ ਬਾਰੇ ਹਾਂਜੀ ਪੁੱਛੋ ਹਾਂਜੀ ਮੈਂ ਜ਼ਰੂਰ ਜਾਨਣਾ ਚਾਹਾਂਗੇ ਵੀ ਬਾਪੂ ਜੀ ਕਦੋਂ ਤੋਂ ਤੁਸੀਂ ਜਾਣਦੇ ਹੋ ਕਿਹੜੇ-ਕਿਹੜੇ ਬਦਲਾਅ ਤੁਸੀਂ ਉਹਨਾਂ ਦੀ ਜ਼ਿੰਦਗੀ 'ਚ ਵੰਦੇ ਆਏ ਹੋ ਅਸੀਂ ਇਸ ਪਿੰਡ ਦੀ ਜੰਪਲ ਹਾਂ ਹਾਂਜੀ ਮੁੱਢ ਤੋਂ ਲੈ ਕੇ ਉਹਨਾਂ ਨੂੰ ਜਾਣਦੇ ਆਂ ਜੀ ਬਹੁਤ ਸਿੰਪਲ ਸੁਭਾਅ ਦੇ ਬੰਦੇ ਤੇ ਬਹੁਤ ਸਿੰਪਲ ਪਰਿਵਾਰ 'ਚ ਉੱਠ ਕੇ ਹਾਂਜੀ ਘਰ ਦੀਆਂ ਮਜਬੂਰੀਆਂ ਨੂੰ ਦੇਖ ਕੇ ਭਰਤੀ ਹੋਏ ਉਹ ਜੀ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਏਸ਼ੀਅਨ ਗੇਮਾਂ 'ਚ ਹਿੱਸਾ ਲਿਆ ਜੀ ਅੱਛਾ ਤੇ ਅਰਜੁਨਾ ਵਾਰਡ ਵੀ ਜਿੱਤਿਆ ਬਿਲਕੁਲ ਤੇ ਇਸ ਤਰ੍ਹਾਂ ਸਾਡੇ ਪਿੰਡ ਦਾ ਪੂਰਾ ਰੋਸ਼ਨ ਨਾਂ ਕੀਤਾ ਕੱਲ ਤੱਕ ਘਰ ਦੀਆਂ ਮਜਬੂਰੀਆਂ ਕਰਕੇ ਭਰਤੀ ਹੋਏ ਮਜਬੂਰੀਆਂ ਨੇ ਉਹਨਾਂ ਨੂੰ ਵਿਸ਼ਵ ਭਰ ਦੇ ਵਿੱਚ ਚਮਕਾ ਦਿੱਤਾ ਤੇ ਅੱਜ ਸਭ ਕੁਝ ਕਰਨ ਤੋਂ ਬਾਅਦ ਖੁਦ ਪਰਿਵਾਰ ਨੂੰ ਪਾਲਣਾ ਇੱਕ ਮਜਬੂਰੀ ਬਣ ਗਿਆ ਫਿਰ ਤੋਂ ਉਹਨਾਂ ਦੀ ਮਤਲਬ ਉਹ ਮਜਬੂਰੀ ਉਹਨਾਂ ਦੇ ਨਾਲ ਹੀ ਹਮੇਸ਼ਾ ਰਹੀ ਹੈ ਉਹ ਸਰਕਾਰਾਂ ਦੀਆਂ ਘਾਟਾਂ ਨੇ ਜੀ ਸਰਕਾਰਾਂ ਨੇ ਮੁੱਲ ਨਹੀਂ ਪਾਇਆ ਇਹਦੀਆਂ ਕੁਰਬਾਨੀਆਂ ਦਾ ਹਾਂਜੀ ਉਹ ਸਰਕਾਰਾਂ ਦੀਆਂ ਕਮੀਆਂ ਰਹਿ ਜਾਂਦੀਆਂ ਨੇ ਜੀ ਮਤਲਬ ਜਿਸ ਤਰ੍ਹਾਂ ਦੀਆਂ ਇਹਨੇ ਸਰਕਾਰ ਵਾਸਤੇ ਆਪਣੇ ਹਿੰਦੁਸਤਾਨ ਵਾਸਤੇ ਗੇਮਾਂ ਖੇਡੀਆਂ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਪਾਇਆ ਇਹਦਾ ਜੀ ਕਦੀ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਕੋਈ ਟੈਨਸ਼ਨ ਕੋਈ ਦੁੱਖ ਜ਼ਾਹਿਰ ਕੀਤਾ ਤੁਹਾਡੇ ਅੱਗੇ ਕਦੀ ਆਪਣਾ ਮਤਲਬ ਦੁੱਖ ਸਾਂਝਾ ਕਰਦੇ ਹੋਏ ਕਦੀ ਮਤਲਬ ਭਾਵੁਕ ਹੋਏ ਨੇ ਉਹ ਦੇਖੋ ਜੀ ਬਹੁਤ ਨੇਕ ਅਨਸਾਨ ਨੇ ਉਹ ਉਹ ਕਿਸੇ ਤਰ੍ਹਾਂ ਦਾ ਕਿਸੇ ਨੂੰ ਮਤਲਬ ਗਿੱਲਾ ਸਿਪਾਰ ਨਹੀਂ ਕਰਨਾ ਜੀ ਜੀ ਸੋ ਬਿਲਕੁਲ ਕਹਿੰਦੇ ਨੇ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਯਾਨੀ ਕਿ ਸਾਡਾ ਜਿਹੜਾ ਯੂਥ ਹੈ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਚਾਹੇ ਪਿੰਡ ਦਾ ਹੋਵੇ ਚਾਹੇ ਕਿਸੇ ਘਰ ਦਾ ਹੀ ਕਿਉਂ ਨਾ ਹੋਵੇ ਸੋ ਜਿਨ੍ਹਾਂ ਨਾਲ ਆਪਾਂ ਗੱਲ ਕਰਨ ਜਾ ਰਹੇ ਹਾਂ ਆਈ ऍम ਸ਼ੋਰ ਕਿ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਤੋਂ ਇਨਸਪਾਇਰ ਹੁੰਦੇ ਹੋਣਗੇ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਕੱਲ ਉਹਨਾਂ ਨੇ ਕੀਤਾ ਹੈ ਉਹ ਹੁਣ ਦੀ ਨੌਜਵਾਨ ਪੀੜ੍ਹੀ ਜਿਹੜੀ ਉਹ ਕਰੇਗੀ ਸਾਸ਼ਟ੍ਰ ਗਲ ਵੀਰੇ ਜੀ ਸੋ ਵੀਰੇ ਕੀ ਕਰਦੇ ਹੋ ਤੁਸੀਂ ਫਿਲਹਾਲ ਤਾਂ ਵਿਲੀਅਮ ਆਊਟ ਆਫ ਇੰਡੀਆ ਰਹਿੰਦੇ ਜੀ ਅੱਛਾ ਜੀ ਸੋ ਪਿੰਡ ਦੀ ਗੱਲ ਆਉਂਦੀ ਹੈ ਕੌਰ ਸਿੰਘ ਜੀ ਦੀ ਗੱਲ ਆਉਂਦੀ ਹੈ ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਤੇ ਜ਼ੁਬਾਨ ਦੇ ਉੱਤੇ ਕਿਹੜੀ ਗੱਲ ਆਉਂਦੀ ਹੈ ਅਜ ਉਹਨਾਂ ਤੇ ਫਿਲਮ ਵੀ ਬਣਾਈ ਜਾ ਰਹੀ ਹੈ ਸਭ ਤੋਂ ਵੱਧ ਤਾਂ ਗੱਲ ਇਹ ਆਉਂਦੀ ਆ ਵੀ ਆਪਣੀ ਇੰਡੀਆ ਦੀ ਆਬਾਦੀ ਆ ਹਨਾ ਬਹੁਤ ਜ਼ਿਆਦਾ ਆਬਾਦੀ ਆ ਤੇ ਲਗਭਗ 100 ਕਰੋੜ ਦੇ ਨੇੜੇ ਤੇੜੇ ਹੋ ਹਨਾ ਤੇ ਸਭ ਤੋਂ ਮੇਨ ਗੱਲ ਇਹ ਆ ਕਿ ਦੁਨੀਆ ਦਾ ਮਹਾਨ ਜਿਹੜਾ ਬੌਕਸਰ ਸੀਗਾ ਮੁਹੰਮਦ ਅਲੀ ਤੇ ਉਹਦੇ ਅੰਗੇਜਡ ਜਿਹੜੀ ਫਾਈਟ ਕੀਤੀ ਆ ਉਹ ਸਾਡੇ ਪਿੰਡ ਦੇ ਇਨਸਾਨ ਨੇ ਕੀਤੀ ਆ ਹਨਾ ਤੇ ਪੂਰੇ ਇੰਡੀਆ ਚੋ ਸਿਰਫ ਇੱਕੇ ਇਨਸਾਨ ਸੀਗਾ ਜਿਹੜਾ ਸਾਡੇ ਪਿੰਡ ਚੋਂ ਪੈਦਾ ਹੋਇਆ ਹਨਾ ਤੇ ਸਾਡੇ ਪਿੰਡ ਦਾ ਵਧੀਆ ਨਾਮ ਚਮਕਿਆ ਪਰ ਕਿਤੇ ਨਾ ਕਿਤੇ ਇਹਨਾਂ ਦਾ ਨਾਮ ਲੁਕਿਆ ਰਹਿ ਗਿਆ ਕਿਉਂਕਿ ਕਈ ਕਾਰਨਾ ਕਰਕੇ ਹਨਾ ਇਹਨਾਂ ਦਾ ਮਤਲਬ ਅੱਗੇ ਸਾਹਮਣੇ ਨਹੀਂ ਆਇਆ ਨਾਮ ਹੁਣ ਕਈ ਵਾਰ ਆਪਾਂ ਬਾਹਰ ਜਾਂਦੇ ਆ ਆਊਟ ਆਫ ਇੰਡੀਆ ਵੀ ਜਾਂਦੇ ਆ ਜਦ ਬਾਹਰ ਮੁਲਾਕਾਤ ਕਰਦੇ ਆ ਤਾਂ ਸਾਨੂੰ ਦੱਸਣਾ ਪੈਂਦਾ ਜੇ ਜਦੋਂ ਅਸੀਂ ਉਹਨਾਂ ਨੂੰ ਦੱਸ ਦਿਆਂਗੇ ਤਾਂ ਸ਼ੌਕ ਹੁੰਦਿਆ ਵੀ ਯਾਰ ਇਹਨਾਂ ਦਾ ਨਾਮ ਲੁਕਿਆ ਕੇ ਮੇਰੇ ਗਿਆ ਹਨਾ ਤਾਂ ਸਾਨੂੰ ਇਹ ਚੀਜ਼ ਦਾ ਕਿਤੇ ਨਾਤੇ ਅਫਸੋਸ ਹੁੰਦਾ ਵੀ ਸਿਰਫ ਇੱਕ ਬੰਦਾ ਇੰਡੀਆ ਦਾ ਸਾਡੇ ਪਿੰਡ ਦਾ ਤੇ ਜਿਨ੍ਹਾਂ ਦਾ ਨਾਮ ਵਰਲਡ ਲੈਵਲ ਤੇ ਰੌਸ਼ਨ ਹੋਇਆ ਹਨਾ ਤੇ ਮੁਹੰਮਦ ਅਲੀ ਨਾਲ ਫਾਈਟ ਕੀਤੀ ਆ ਉਹਨਾਂ ਨੇ ਤਾਂ ਉਹਨਾਂ ਦਾ ਨਾਮ ਲੁਕਿਆ ਰਹਿ ਗਿਆ ਤਾਂ ਸਾਨੂੰ ਇਹ ਚੀਜ਼ ਦਾ ਬਹੁਤ ਦੁੱਖ ਆ ਪਰ ਖੁਸ਼ੀ ਦੀ ਗੱਲ ਇਹ ਹੈ ਵੀ ਉਹਨਾਂ ਤੇ ਹੁਣ ਫਿਲਮ ਬਣਨ ਜਾ ਰਹੀ ਹੈਗੀ ਤਾਂ ਬਹੁਤ ਖੁਸ਼ੀ ਦੀ ਗੱਲ ਆ ਤੇ ਬਹੁਤ ਜ਼ਿਆਦਾ ਲੋਕ ਆ ਜਿਹੜੇ ਉਹ ਜਾਣੂ ਹੋਣਗੇ ਇਹ ਚੀਜ਼ ਤੋਂ ਹਨਾ ਤੇ ਜਾਣੂ ਹੋਣ ਕੇ ਵੱਧ ਤੋਂ ਵੱਧ ਲੋਕ ਸਾਡੇ ਕੋਲ ਆਉਣਗੇ ਸਾਡਾ ਵੀ ਉਹਦੇ ਨਾਲ ਸਾਾਨੂੰ ਇਹ ਖੁਸ਼ੀ ਆ ਵੀ ਸਾਡਾ ਪਿੰਡ ਦਾ ਨਾਮ ਚਮਕੂਗਾ ਸਾਨੂੰ ਵੀ ਲੋਕ ਪੁੱਛਣਗੇ ਹਨਾ ਤੇ ਸਾਨੂੰ ਉਹ ਚੀਜ਼ ਦੀ ਖੁਸ਼ੀ ਹੋ ਜਿਹੜੀ ਕਿਤੇ ਨਾ ਕਿਤੇ ਲੁਕੀ ਰਹਗੀ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਨੇ ਜਿੱਦਾਂ ਕਿ ਨਰਕਿਆ ਕਿ ਮੁਹੰਮਦ ਅਲੀ ਜੀ ਦੇ ਨਾਲ ਜਦੋਂ ਉਹਨਾਂ ਦੀ ਫਾਈਟ ਹੋਈ ਤੇ ਉਹਨਾਂ ਨੇ ਜਿੱਤ ਹਾਸਲ ਕੀਤੀ ਉਸ ਤੋਂ ਬਾਅਦ ਕਹਿੰਦੇ ਵੀ ਮੇਰਾ ਹੌਸਲਾ ਵੱਧ ਗਿਆ ਹੌਸਲਾ ਤਾਂ ਬਹੁਤ ਵਧਿਆ ਐਂਡ ਇੰਨਾ ਵਧਿਆ ਕਿ ਉਸ ਤੋਂ ਬਾਅਦ ਉਹਨਾਂ ਨੇ ਨਾ ਕੇਵਲ ਖੇਡ ਨਾ ਕੇਵਲ ਆਪਣਾ ਪੰਜਾਬ ਨਾ ਕੇਵਲ ਆਪਣਾ ਪਿੰਡ ਬਲਕਿ ਸਿੱਖ ਕੌਮ ਦੀ ਜਿਹੜੀ ਸ਼ੋਭਾ ਆ ਉਹਨੂੰ ਵੀ ਵਧਾਇਆ ਬਾਪੂ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਸਾਡੇ ਨਾਲ ਖੇਡਦਾ ਤੇ ਜੀ ਅਸੀਂ ਇਕੱਠੇ ਖੇਤੀ ਦਾ ਕੰਮ ਕਰਦੇ ਉਦੋਂ ਬਾਅਦ ਉਹ ਫੌਜ ਚ ਵਾਗ ਗਿਆ ਤੇ ਖੇਡਣ ਲੱਗ ਗਿਆ 1982 ਚ ਉਹਦੀ ਖੇਡ ਹੋਈ ਸਾਡੇ ਇੱਕ ਨਾ ਦੇ ਟੀਵੀ ਜਨ ਤੇ ਅਸੀਂ ਉਹਨੂੰ ਦੇਖਣ ਗਏ ਉਹਨੇ ਪਾਕਿਸਤਾਨ ਮੁਹਰਾਇਆ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੋਈ ਉਹਨੇ ਬਹੁਤ ਕੁਸ਼ ਉਹਨੂੰ ਸਿੱਟਿਆ ਟਾ ਟਾ ਬਹੁਤ ਤਖੜਾ ਬੰਦਾ ਜੀ ਸੋ ਹੁਣ ਅੱਜ ਉਹਨਾਂ ਤੇ ਫਿਲਮ ਬਣਨ ਜਾ ਰਹੀ ਹੈ ਉਹਨ ਦੀ ਜ਼ਿੰਦਗੀ ਤੇ ਸਾਨੂੰ ਬਹੁਤ ਖੁਸ਼ੀ ਹੈ ਜੀ ਹਾਂ ਉਹਨੂੰ ਦੇਖ ਕੇ ਫਿਲਮ ਨੂੰ ਅਸੀਂ ਤਾਂ ਉੱਪਰਾਂ ਗਏ ਸਾਡੇ ਬੱਚੇ ਉੱਬਰਣਗੇ ਕਿਆ ਬਾਤ ਹੈ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਤਾਂ ਸਾਰ ਜੀ ਬਾਕੀ ਬਹੁਤ ਪਿੰਡ ਦੇ ਵਿੱਚ ਜਿਹੜਾ ਉਤਸ਼ਾਹ ਜਿਹੜੀ ਖੁਸ਼ੀ ਹੈ ਉਹ ਵੇਖੀ ਜਾ ਰਹੀ ਹੈ ਸੋ ਕਿਸ ਤਰ੍ਹਾਂ ਦਾ ਇੱਕ ਸਿੰਪਲ ਜਾਂ ਆਧਾਰਨ ਜਾਂ ਇਨਸਾਨ ਜਿਹੜਾ ਫੌਜ ਦੇ ਵਿੱਚ ਗਿਆ ਫਿਰ ਖੇਡਾਂ ਦੇ ਵਿੱਚ ਗਿਆ ਫਿਰ ਨਾ ਚਮਕਾਇਆ ਫਿਰ ਉਸ ਤੋਂ ਬਾਅਦ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੋਇਆ ਅੱਜ ਵੀ ਜਿਹੜਾ ਹੈ ਬਹੁਤ ਹੈਰਾਵ ਦੇ ਨਾਲ ਜ਼ਿੰਦਗੀ ਜੀ ਰਿਹਾ ਹੈ ਸੋ ਸਾਰਿਆਂ ਦੇ ਲਈ ਇੱਕ ਮਿਸਾਲ ਹੈ ਔਰ ਕਮਾਲ ਦੀ ਗੱਲ ਇਹ ਹੈ ਕਿ ਸਾਡਾ ਪੰਜਾਬੀ ਸਿਨੇਮਾ ਅੱਜ ਇੰਨੀ ਅੱਗੇ ਵੱਧ ਚੁੱਕਿਆ ਹੈ ਕਿ ਅੱਜ ਉਹ ਫਿਰ ਤੋਂ ਇਤਿਹਾਸ ਦੇ ਪੰਨੇ ਫਰੋਲੇਗਾ ਅੱਜ ਫਿਰ ਇਤਿਹਾਸ ਦੇ ਪੰਨਿਆਂ 'ਚੋਂ ਚਮਕਦਾ ਹੋਇਆ ਉਹ ਨਾਮ ਸਾਹਮਣੇ ਆਏਗਾ ਜੋ ਕਿਤੇ ਤੁੰਦਲਾ ਪੈ ਗਿਆ ਸੀ ਸੋ ਜ਼ਰੂਰ ਫਿਲਮ ਦੇਖਣੀ ਬਣਦੀ ਹੈ ਕੌਰ ਸਿੰਘ ਜੀ ਜੋ ਉਹਨਾਂ ਦੀ ਹੀ ਜ਼ਿੰਦਗੀ ਤੇ ਆਧਾਰਿਤ ਹੈ ਬਹੁਤ ਸਾਰੀਆਂ ਚੀਜ਼ਾਂ ਇਮੋਸ਼ਨਸ ਉਹਨਾਂ ਦੀ ਜ਼ਿੰਦਗੀ ਦੀ ਪੂਰੀ ਇੱਕ ਜਰਨੀ ਇਸ ਫਿਲਮ ਦੇ ਵਿੱਚ ਵਿਖਾਈ ਜਾਏਗੀ ਸੋ ਪਿੰਡ ਵਾਲਿਆਂ ਨਾਲ ਗੱਲਬਾਤ ਹੋ ਚੁੱਕੀ ਹੈ ਐਂਡ ਆਈ ऍम ਸ਼ੋਰ ਕਿ ਤੁਹਾਡੇ ਅੰਦਰ ਵੀ ਇੱਕ 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 ਚਾਹਤ ਉੱਠੀ ਹੋਏਗੀ ਕਿ ਜ਼ਰੂਰ ਦੇਖਿਓ ਕਿ ਆਖਿਰ ਕੀ ਸੀ ਕੌਰ ਸਿੰਘ ਜੀ ਦੀ ਜ਼ਿੰਦਗੀ ਜ਼ਰੂਰ ਦੇਖਾਂਗੇ ਉਹਨਾਂ ਦੀ ਫਿਲਮ ਦੇ ਵਿੱਚ ਫਿਲਹਾਲ ਦੇ ਲਈ ਰਹਿਦਰੋ ਸਨੇ ਪੰਜਾਬੀ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਹੁਣ ਕੌਰ ਸਿੰਘ ਜੀ ਦੇ ਛੋਟੇ ਭਰਾ ਨੂੰ ਅਸੀਂ ਮਿਲ ਕੇ ਆਏ ਹਾਂ ਬੜੀਆਂ ਗੱਲਾਂ ਤੇ ਇਹ ਹੁੰਦੇ ਨੇ ਪਿੰਡ ਜਿੱਥੇ ਬਸ ਦੀ ਆਵਾਜ਼ ਵੀ ਘਰਾਂ ਦੇ ਵਿੱਚ ਸਾਫ਼ ਸੁਣਾਈ ਦਿੰਦੀ ਹੈ ਖੈਰ ਮੈਂ ਦੱਸ ਰਹੀ ਸੀ ਕਿ ਛੋਟੇ ਪਰ ਆਨੂ ਅਸੀਂ ਮਿਲ ਕੇ ਆਏ ਆ ਤੇ ਹੁਣ ਅਸੀਂ ਆਏ ਆ ਉਹਨਾਂ ਦੇ ਘਰੇ ਜੋ ਉਹਨਾਂ ਦੇ ਬਹੁਤ ਹੀ ਜਿਗਰੀ ਨੇ ਯਾਰ ਵੀ ਨੇ ਭਰਾ ਵੀ ਨੇ ਤੇ ਪਿੰਡ ਦੇ ਸਰਪੰਚ ਵੀ ਰਹਿ ਚੁਕੇ ਨੇ ਸੋ ਉਹਨਾਂ ਕੋਲੋਂ ਮੈਂ ਜ਼ਰੂਰ ਜਾਨਣਾ ਚਾਹਾਂਗੀ ਕੌਰ ਸਿੰਘ ਜੀ ਦੇ ਬਾਰੇ ਸਤਿ ਸ਼੍ਰੀ ਅਕਾਲ ਬਾਪੂ ਜੀ ਹਾਂਜੀ ਤੁਹਾਡੇ ਨਾਲ ਥੋੜੀ देर ਗੱਲ ਕਰਨੀ ਸੀਗੀ ਹਾਂਜੀ ਜੀ ਆ ਬੰਦ ਕਰ ਦਿਓ ਜੀ ਠੀਕ ਠਾਕ ਹੋ ਤੁਸੀਂ ਠੀਕ ਹੈ ਜੀ ਠੀਕ ਠਾਕ ਜੀ ਅੱਜ ਜਿਹੜਾ ਲੱਗਾ ਹੈ ਕੌਰਸਿੰਗ ਜਿਹਦੇ ਪਿੰਡ ਦਾ ਹੈ ਨਾ ਤੇ ਬੜਾ ਮਾਣ ਉਹਨਾਂ ਨੇ ਵਧਾਇਆ ਹੈ ਹਮੇਸ਼ਾ ਚਾਹੇ ਏਸ਼ੀਅਨ ਗੇਮਸ ਦੀ ਗੱਲ ਕਰ ਲਈਏ ਚਾਹੇ ਅਰਜਨ ਅਵਾਰਡ ਦੀ ਗੱਲ ਕਰ ਲਈਏ ਸੋ ਅੱਜ ਉਹਨਾਂ ਦੀ ਫਿਲਮ ਵੀ ਬਣਾਈ ਜਾ ਰਹੀ ਹੈ ਇੱਕ ਪਿੰਡ ਦਾ ਸਰਪੰਚ ਜਿਹੜਾ ਰਹਿ ਚੁੱਕਿਆ ਇੱਕ ਭਰਾ ਇੱਕ ਇੱਕ ਕੀ ਕਹਿੰਦੇ ਆ ਦੋਸਤ ਅੱਜ ਕੀ ਸੋਚਦਾ ਹੈ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜੀ ਸਾਨੂੰ ਸਾਡੇ ਪਿੰਡ ਦਾ ਜੰਪ ਵਾਲਾ ਸਾਡਾ ਵੱਡਾ ਵੀਰ ਹੈ जिने देश वास्ते मतलब बहुत बड़ा एक मेडल लेके ਦਿੱਤਾ हां जी ਤੇ ਬਹੁਤ ਫਖਰ ਹੈ ਜੀ ਸਾਨੂੰ ਇਸ ਦਾ हां जी सो ਜ਼ਿੰਦਗੀ ਦੇ ਸਾਰੇ ਉਤਾਰ ਚੜਾਓ ਕਹਿੰਦੇ ਵੀ ਅਸੀਂ ਉਹਨਾਂ ਦੇ ਜਾਣਦੇ ਆ ਤੁਸੀਂ ਕਦੋਂ ਤੋਂ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਥੇ ਰਹਿੰਦੇ ਹੋਏ ਵੇਖਦੇ ਆ ਰਹੇ ਹੋ ਕਿਸ ਤਰੀਕੇ ਦੇ ਨਾਲ ਤੁਸੀਂ ਕੌਰ ਸਿੰਘ ਜੀ ਨੂੰ ਦੇਖਿਆ ਜ਼ਿੰਦਗੀ ਨਾਲ ਲੜਦੇ ਜ਼ਿੰਦਗੀ ਨੂੰ ਜਿੱਤਦੇ ਉਹ ਤਾਂ ਬਚਪਨ ਦੀ ਦੇਖਦੇ ਜਿਸੀ ਤਰ੍ਹਾਂ ਮਤਲਬ ਉਹ ਤਾਂ ਵੱਡੇ ਨੇ ਸਾਤੋਂ ਬਹੁਤ ਤੇ ਅਸੀਂ ਤਾਂ ਛੋਟੇ ਹੁੰਦਾ ਤੇ ਉਹਨਾਂ ਨੂੰ ਦੇਖਦੇ ਰਹਿੰਨਾ ਤੇ ਜਦੋਂ ਉਹ ਉਹਨਾਂ ਨੇ ਮਤਲਬ ਦਿੱਲੀ ਏਸ਼ੀਅਨ ਗੇਮ ਦੇ ਵਿੱਚ ਮੈਡਲ ਜਿੱਤਿਆ ਉਦੋਂ ਅਸੀਂ ਬਿਲਕੁਲ ਛੋਟੇ ਸੀਗੇ ਹਾਂਜੀ ਤੇ ਉਸ ਤੋਂ ਬਾਅਦ ਵੀ ਬਹੁਤ ਵਧੀਆ ਸਿੰਪਲ ਨੇ ਜੀ ਮਤਲਬ ਕੋਈ ਇਹ ਨਹੀਂ ਹੈਗਾ ਵੀ ਕਿਸੇ ਤਰ੍ਹਾਂ ਦੀ ਉਹਨਾਂ ਦੇ ਵਿੱਚ ਕੋਈ ਹੰਕਾਰ ਜਾਂ ਕੋਈ ਹੋਰ ਹੈ ਬਿਲਕੁਲ ਹੀ ਮਿਲਾਪੜੇ ਸੁਭਾਅ ਦੇ ਨੇ ਬਹੁਤ ਸ਼ਰੀਫ ਨੇ ਜੀ ਬਹੁਤ ਵਧੀਆ ਪਰਵਾਰ ਜੀ ਜਦੋਂ ਇੱਕ ਚੋਟੀ ਦੇ ਖਿਡਾਰੀ ਮੰਨੇ ਜਾਂਦੇ ਸੀਗੇ ਪੂਰੀ ਦੁਨੀਆ ਦੇ ਵਿੱਚ ਤੇ ਲੋਕੀ ਕਹਿੰਦੇ ਹੋਣਗੇ ਵੀ ਬਾਅਦ ਜ਼ਿੰਦਗੀ ਇਹਨਾਂ ਦੀ ਹੈ ਲੇਕਿਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਇਆ ਜਦੋਂ ਉਹਨਾਂ ਨੇ ਖੇਡਾਂ ਛੱਡਤੀਆਂ ਹੈਨਾ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਹੋਈਆਂ ਜਿਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਈਨੈਂਸ਼ੀਅਲੀ ਕਰਾਈਸਿਸ ਵੀ ਦੇਖਣੇ ਪਏ ਤੰਗੀ ਆਰਥਿਕ ਤੰਗੀ ਵੀ ਝੱਲਣੀ ਪਈ ਤੁਸੀਂ ਵੀ ਉਹਨਾਂ ਨੂੰ ਉਸ ਦੌਰ ਦੇ ਵਿੱਚ ਵੇਖਿਆ ਕਦੀ ਦੇਖਿਆ ਕਿ ਉਹ ਆ ਕੇ ਆਪਣੇ ਕਿਸੇ ਵੀ ਗਮ ਨੂੰ ਬਿਆਨ ਕਰਨ ਆਪਣੇ ਕਿਸੇ ਦਰਦ ਨੂੰ ਕਿਸੇ ਪ੍ਰੋਬਲਮ ਨੂੰ ਦੱਸਣ ਵੀ ਯਾਰ ਮੈਂ ਇੰਨਾ ਅੱਛਾ ਕੀਤਾ ਔਰ ਮੇਰੇ ਨਾਲ ਆ ਜੇ ਹੋ ਗਿਆ ਨਹੀਂ ਹੁੰਦਾ ਜੀ ਸਾਡੇ ਨਾਲ ਗੱਲਾਂ ਕਰਦੇ ਨੇ ਉਹ ਵੀ ਜਿਦੋਂ ਕਿੰਨੀਆਂ ਉਹਨਾਂ ਨੇ ਮਤਲਬ ਦੇਸ਼ ਵਾਸਤੇ ਕੀਤਾ ਤੇ ਉਹਨਾਂ ਦਾ ਦੇਖੋ ਜੋ ਫਾਈਨੈਂਸ਼ਲੀ ਆਇਆ ਜਾਂ ਕੋਈ ਪਰਿਵਾਰਕ ਹੈ ਵੀ ਉਹ ਉਹਨਾਂ ਨੂੰ ਕੋਈ ਸਰਕਾਰਾਂ ਵੱਲੋਂ ਕੋਈ ਵਧੀਆ ਮਤਲਬ ਕੀਤਾ ਗਿਆ ਉਹਨਾਂ ਦਾ ਹਾਂਜੀ ਬਹੁਤ ਜਿਵੇਂ ਹੁਣ ਸਾਡੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਉਹਦੇ ਉਹਨਾਂ ਦੇ ਨਾਂ ਤੇ ਕੋਈ ਸਟੇਡੀਅਮ ਵਗੈਰਾ ਜਾਂ ਕੋਈ ਹੋਰ ਹੈ ਉਹਨਾਂ ਦੀ ਵੀ ਜਿਹੜਾ ਬਾਦ ਦੇ ਵਿੱਚ ਉਹਨਾਂ ਨੂੰ ਲੋਕ ਯਾਦ ਕਰਨ ਕੁ ਕੋਈ ਕੁਛ ਨਹੀਂ ਕੀਤਾ ਹੈਗਾ ਜੀ ਸਰਕਾਰਾਂ ਵੱਲੋਂ ਹੁਣ ਤੱਕ ਦਾ ਤੇ ਅੱਜ ਦੁਬਾਰਾ ਤੋਂ ਇੱਕ ਵਾਰ ਫਿਰ ਤੋਂ ਪੰਜਾਬੀ ਸਿਨੇਮਾ ਵੱਲੋਂ ਇਤਿਹਾਸ ਦੇ ਪੰਨੇ ਫਰੋਲੇ ਜਾਣਗੇ ਚਮਕਦਾ ਉਹ ਨਾਮ ਜੋ ਧੁੰਦਲਾ ਪੈ ਰਿਹਾ ਸੀ ਉਹਨੂੰ ਫਿਰ ਉਜਾਗਰ ਕੀਤਾ ਜਾਏਗਾ ਕੌਰ ਸਿੰਘੀ ਦਾ ਫਿਲਮ ਦੇ ਜ਼ਰੀਏ ਪਤਾ ਲੱਗਿਆ ਤੁਹਾਨੂੰ ਫਿਲਮ ਬਣ ਰਹੀ ਹੈ ਨਹੀਂ ਸਾਨੂੰ ਨਹੀਂ ਪਤਾ ਲੱਗਿਆ ਜੀ ਅੱਛਾ ਉਹਨਾਂ ਦੀ ਜ਼ਿੰਦਗੀ ਤੇ ਫਿਲਮ ਜਿਹੜੀ ਬਣਾਈ ਜਾ ਰਹੀ ਹੈ ਤੇ ਦੇਖਣ ਜਾਉਂਗੇ ਹੁਣ 22 ਤਰੀਕ ਨੂੰ ਰਿਲੀਜ਼ ਹੋ ਜਾਏਗੀ ਜਰੂਰ ਜਰੂਰ ਜਾਵਾਂਗੇ ਜੀ ਹੋਰ ਸਾਡੇ ਵਾਦੂਬਾਦ ਖੁਸ਼ੀ ਦੀ ਕੀ ਗੱਲ ਹੈ ਜੀ ਅਸੀਂ ਜਰੂਰ ਜਾਵਾਂਗੇ ਸਮੇਤ ਪਰਿਵਾਰ ਸਾਰੇ ਜਾਵਾਂਗੇ ਜੀ ਖੁਸ਼ੀ ਨਾਲ ਤੇ ਕਿਤੇ ਨਾ ਕਿਤੇ ਉਹ ਇੱਕ ਮਿਸਾਲ ਨੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੇ ਲਈ ਵੀ ਰਸਤੇ ਨੂੰ ਸਿੱਧ ਵਖਾੰਦਿਆ ਹੋਇਆ ਤੁਸੀਂ ਪਿੰਡ ਦੇ ਕੀ ਕਹਿੰਦੇ ਆ ਪਿੰਡ ਦੇ ਸਰਪੰਚ ਰਹਿ ਚੁੱਕੇ ਹੋ ਉਹਨਾਂ ਦੇ ਭਰਾ ਰਹਿ ਚੁੱਕੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਨੌਜਵਾਨ ਪੀੜੀ ਨੂੰ ਤਾਂ ਇਹੀ ਕਹਿ ਸਕਦੇ ਆ ਜੇ ਅਸੀਂ ਵੀ ਜਿਸ ਤਰ੍ਹਾਂ ਸਾਡੇ ਕੌਰ ਸਿੰਘ ਨੇ ਸਾਡੇ ਪਿੰਡ ਦਾ ਕਿੰਨਾ ਮਾਣ ਵਧਾਇਆ ਜੀ ਉਹਨਾਂ ਨੇ ਨੌਜਵਾਨ ਬੱਚੇ ਅੱਗੇ ਆਉਣ ਜੀ ਸਪੋਰਟਸ 'ਚ ਅੱਗੇ ਆਉਣ ਉਹਨਾਂ ਦੇ ਜਿਹੜੋ ਮਤਲਬ ਕੈ ਕੈ ਦੇ ਕਰਮਾਂ ਦੇ ਚੱਲਣ ਇਸ ਤਰ੍ਹਾਂ ਸਾਡੇ ਦੇਸ਼ ਦਾ ਪਿੰਡ ਦਾ ਨਾਮ ਰੋਸ਼ਨ ਕਰਨ ਜੀ 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 ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਐਂਡ ਉਮੀਦ ਕਰਦੇ ਆ ਕਿ ਇਹ ਮਾਣ ਹਮੇਸ਼ਾ ਜਿਹੜਾ ਹੈ ਉਹ ਹੋਰ ਵਧੇਗਾ ਆਉਣ ਵਾਲੀ ਨੌਜਵਾਨ ਪੀੜੀ ਵੀ ਉਹਨਾਂ ਦੇ ਰਸਤੇ ਤੋਂ ਤੁਰਦੀ ਹੋਈ ਅੱਗੇ ਵਧੇਗੀ ਬਹੁਤ ਸ਼ੁਕਰੀਆ ਜੀ